ਦੋ ਬੇਨਤੀਆਂ ਨੇ, ਇਹ ਧਿਆਨ ਨਾਲ ਸੁਣਨੀਆਂ ਨੇ। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਕੇਵਲ ਤੇ ਕੇਵਲ ਭਲਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਕਰੀਬ ਉਹ ਐਂਬੂਲੈਂਸ ਬਣਨੀ ਹੈ। ਅਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਅਤੇ ਚਾਹੀਦੀ ਵੀ ਜਲਦੀ ਹੈ। ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ, ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਕਿਣਕਾ, ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ ਉਹਦੇ ਰੋਗ ਤੋਂ, ਜਲਦੀ ਇਲਾਜ ਲਈ ਆਪਣੀ ਜਗ੍ਹਾ 'ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਅਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਅਤੇ ਇੱਕ ਤੁਹਾਨੂੰ ਪਤਾ, ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ, ਚੱਲਦੀ ਫਿਰਦੀ ਰਸੋਈ, ਉਹ ਗੱਡੀ ਹੁਣ ਕਾਫੀ ਵਿਰਧ ਹੋ ਗਈ, ਪੁਰਾਣੀ ਹੋ ਗਈ ਹੈ, ਅਤੇ ਕਾਫੀ ਉਹਦੇ 'ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ, ਕਦੀ ਕੋਈ ਨੁਕਸ, ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ, ਇਹ ਟੋਟਲ 21-22 ਲੱਖ ਦਾ ਖਰਚਾ ਦੋਵੇਂ ਗੱਡੀਆਂ ਦਾ। ਅਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ, ਤਿਆਰ ਹੋ ਕੇ ਵੱਖ ਵੱਖ ਥਾਵਾਂ 'ਤੇ ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ, ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ, ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ੋਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ, ਕਿਊ ਆਰ ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ ਕਿਊ ਆਰ ਕੋਡ ਦੇ ਰਾਹੀਂ ਤੁਸੀਂ ਇਹ ਟਰੱਸਟ ਨੂੰ ਸੇਵਾ ਭੇਜ ਸਕਦੇ ਹੋ, ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ 'ਤੇ ਚੱਲਦਾ, ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, 1 ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ, ਅਤੇ 1 ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ, ਅਤੇ ਉਹ ਵੀ ਸਿੱਧਾ ਭਲਾ। ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ ਪਿਆਰੇ, ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ, ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ, ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜਿਹੀ ਬਿੱਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਘਰਾਂ ਦੇ ਵਿੱਚ ਸਦਾ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ, ਅਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ,
ਇਹ ਤੁਹਾਡੇ ਘਰਾਂ ਚ ਕਮੀਆਂ ਨਹੀਂ ਰਹਿਣੀਆਂ, ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪਣੀਆਂ ਜੋ ਸੇਵਾਵਾਂ ਪਾ ਕੇ ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। ਔਰੰਗਾਬਾਦ ਔਰ ਔਰੰਗਾਬਾਦ ਦੇ ਨੇੜੇ ਤੇੜੇ ਜਿੰਨੇ ਵੀ ਇਲਾਕੇ ਨੇ ਸਾਰੀਆਂ ਸੰਗਤਾਂ ਇਸ ਬੇਨਤੀ ਨੂੰ ਧਿਆਨ ਨਾਲ ਸੁਣਨ। 10 ਜੁਲਾਈ ਦਿਨ ਬੁੱਧਵਾਰ ਰਾਤੀ 8 ਤੋਂ 10 ਵਜੇ ਤੱਕ ਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੰਗਰ ਸਾਹਿਬ, ਗੁਰੂ ਤੇਗ ਬਹਾਦਰ ਨਗਰ ਸਿੰਧੀ ਕਲੋਨੀ ਔਰੰਗਾਬਾਦ ਵਿਖੇ ਪਹੁੰਚ ਰਿਹਾ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ, ਸਾਰੇ ਰੁਝੇਵਿਆਂ ਨੂੰ ਛੱਡ ਕੇ 7:30 ਵਜੇ ਦੇ ਕਰੀਬ ਕਰੀਬ ਤੁਸੀਂ ਔਰੰਗਾਬਾਦ ਇਸ ਅਸਥਾਨ 'ਤੇ ਪਹੁੰਚਿਓ ਔਰ 8 ਤੋਂ 10 ਵਜੇ ਤੱਕ ਅਸੀਂ ਸਾਰੇ ਗੁਰੂ ਪਿਤਾ ਦੀਆਂ ਵਡਿਆਈਆਂ ਵਿੱਚ ਜੁੜਾਂਗੇ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਹ ਪ੍ਰਾਪਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਾਸਿਕ ਔਰ ਨਾਸਿਕ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ ਉੱਥੋਂ ਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਨਿਮਰ ਬੇਨਤੀ ਕਰਦਾ। 11 ਜੁਲਾਈ ਵੀਰਵਾਰ ਰਾਤ ਨੂੰ 8 ਤੋਂ 9:30 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੰਘਾੜਾ ਤਲਾਓ ਨਾਸਿਕ ਸਿਟੀ ਵਿਖੇ ਦਾਸ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਪਹੁੰਚ ਰਿਹਾ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਭੁੱਲਿਓ ਨਾ, 11 ਜੁਲਾਈ ਵੀਰਵਾਰ ਰਾਤੀ 8 ਤੋਂ 9:30 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੰਘਾੜਾ ਤਲਾਓ ਨਾਸਿਕ ਆਓ। ਸਾਰੇ ਰਲ ਮਿਲ ਕੇ ਪਿਤਾ ਜੀ ਦੇ ਗੁਣ ਗਾਈਏ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹਰ ਮਹੀਨੇ ਦੀ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਬਾਬਾ ਦੀਪ ਸਿੰਘ ਜੀ ਦੇ ਘਰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ ਔਰ ਵੱਡੀ ਗਿਣਤੀ 'ਚ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਬਾਪੂ ਜੀ ਦੀ ਗੋਦੀ ਦਾ ਆਨੰਦ ਮਾਣ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਔਰ ਜੁੜ ਰਹੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਸਭ ਤੋਂ ਪਹਿਲਾਂ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਯੂਟਿਊਬ ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ, ਕਿਰਪਾ ਕਰਕੇ ਬਚਨ ਮੰਨੋ, ਅੱਗੇ ਤੋਂ ਅੱਗੇ ਸ਼ੇਅਰ ਕਰੋ। ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ। ਆਓ ਭਾਵਨਾ ਉਹ ਹੋਈ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਪੂ ਦੀਪ ਸਿੰਘ ਬੈਠੇ, ਅਤੇ ਇੱਕ ਬੇਨਤੀ ਕਰਕੇ ਫਿਰ ਮੈਂ ਸ਼ਬਦ ਪੜ੍ਹਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਬੇਨਤੀ ਬੜੇ ਧਿਆਨ ਨਾਲ ਸੁਣਿਓ ਔਰ ਜਿੰਨਾ ਹੋ ਸਕੇ ਇਹਨੂੰ ਮੰਨਣ ਦਾ ਯਤਨ ਕਰਿਓ। ਕਦਰ ਕਰਨੀ ਹੈ ਤੇ ਜਿਉਂਦਿਆਂ ਜੀ ਕਰੋ। ਜੇ ਆਪਣੇ ਕਿਸੇ ਪਰਿਵਾਰਕ ਮੈਂਬਰ ਦੀ ਕਦਰ ਕਰਨੀ ਹੈ ਨਾ, ਜਿਉਂਦਿਆਂ ਜੀ ਕਰੋ। ਜਿਉਂਦਿਆਂ ਜੀ ਮਾਂ ਦੀ, ਬਾਪ ਦੀ, ਭੈਣ ਭਾਈਆਂ ਦੀ, ਪਤੀ ਪਤਨੀ ਦੀ, ਬੱਚਿਆਂ ਦੀ ਕਦਰ ਕਰਨੀ ਹੈ ਤੇ ਜਿਉਂਦਿਆਂ ਜੀ ਕਰੋ।
ਮਰਨ ਦੇ ਉੱਤੇ ਤੇ ਪਰਾਏ ਵੀ ਰੋਣ ਲੱਗ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਨਾਲ ਲਿੰਕ ਨਹੀਂ ਵੀ ਹੈ ਤੇਰਾ ਨਾ, ਜਦੋਂ ਉਹ ਬੰਦਾ ਵੀ ਕਿਸੇ ਦੇ ਮ੍ਰਿਤਕ ਸਰੀਰ ਨੂੰ ਵੇਖਦਾ ਨਾ, ਐਟੋਮੈਟਿਕ ਅੱਖਾਂ ਚੋਂ ਹੰਝੂ ਆ ਜਾਂਦੇ। ਅਸੀਂ ਕਿਸੇ ਨੂੰ ਨਹੀਂ ਵੀ ਜਾਣਦੇ, ਸੜਕ ਦੇ ਉੱਤੇ ਹੀ ਕੋਈ ਮ੍ਰਿਤਕ ਦੇਹ ਜਾ ਰਹੀ ਹੋਵੇ, ਕਈ ਵਾਰੀ ਵੇਖ ਕੇ ਮਨ ਠਠੰਬਰ ਜਿਹਾ ਜਾਂਦਾ। ਇੱਕ ਦੋ ਮਿੰਟਾਂ ਲਈ ਅਸੀਂ ਵੀ ਰੁਕ ਜਾਂਦੇ ਹਾਂ, ਹੱਥ ਜੋੜ ਦਿੰਦੇ ਹਾਂ, ਸਤਨਾਮ ਵਾਹਿਗੁਰੂ ਕਹਿ ਦਿੰਦੇ ਹਾਂ। ਹਾਂਜੀ ਪਿਆਰੇ, ਉਹ ਮਰਨ ਤੇ ਪਰਾਏ ਵੀ ਰੋ ਦਿੰਦੇ ਨੇ। ਜੇ ਕਦਰ ਕਰਨੀ ਹੈ ਨਾ ਤੇ ਇੱਕ ਦੂਜੇ ਦੀ ਜਿਉਂਦਿਆਂ ਜੀ ਕਰੋ, ਜਿਉਂਦਿਆਂ ਜੀ। ਜਿਉਂਦੇ ਜੀ ਤੂੰ ਪਤੀ ਨੂੰ ਕਦੀ ਪੁੱਛਿਆ ਨਹੀਂ, ਜਿਉਂਦਿਆਂ ਜੀ ਤੂੰ ਕਦੀ ਪਤਨੀ ਦੀ ਸਾਰ ਨਹੀਂ ਲਈ, ਜਿਉਂਦਿਆਂ ਜੀ ਮਾਂ ਬਾਪ ਦੀ ਕਦੀ ਸੇਵਾ ਨਹੀਂ ਕੀਤੀ, ਜਿਉਂਦਿਆਂ ਜੀ ਬੱਚਿਆਂ ਵੱਲ ਤੇਰਾ ਧਿਆਨ ਨਹੀਂ ਗਿਆ, ਤੇ ਮਰਨ ਤੋਂ ਬਾਅਦ ਉਹ ਕਿੰਨੇ ਵੇਖਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਅਸੀਂ ਜੇ ਰੋਜ਼ ਸੰਗਤ ਕਰਦੇ ਹਾਂ, 3 ਤੋਂ 4 ਜਾਂ ਰਾਤੀ 10 ਤੋਂ 11 ਪਿੱਟੀ ਸੀ ਸਿਮਰਨ ਦੇ ਮਾਧਿਅਮ ਰਾਹੀਂ, ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਅਸੀਂ ਇੱਕ ਦੂਜੇ ਦੀ ਕਦਰ ਕਰਨੀ ਹੈ ਵੱਧ ਤੋਂ ਵੱਧ। ਜੇ ਰਿਸ਼ਤੇਦਾਰੀਆਂ ਰਿਸ਼ਤੇ ਨਾਤੇ ਬਾਪੂ ਜੀ ਨੇ ਦਿੱਤੇ ਨੇ, ਮੈਂ ਅੱਜ ਤੱਕ ਇਹ ਨਹੀਂ ਕਿਹਾ ਤੁਹਾਨੂੰ, ਇਹ ਨਹੀਂ ਸਿਖਾਇਆ ਕਿ ਤੋੜੋ, ਇੰਨੀ ਜ਼ਰੂਰ ਮੈਂ ਗੱਲ ਕਹਿਣਾ ਪਿਆਰੇ, ਉਹ ਸਭ ਦੇ ਵਿੱਚ ਵਿਚਰਦਿਆਂ ਹੋਇਆਂ ਆਪਣਾ ਨਾਤਾ ਉਹਦੇ ਨਾਲ ਜੋੜ ਕੇ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ। ਸੁਣਿਓ, ਕਦਰ ਕਰਨੀ ਹੈ ਤੇ ਜਿਉਂਦਿਆਂ ਜੀ ਕਰੋ, ਮਰਨ ਤੋਂ ਬਾਅਦ ਪਰਾਏ ਵੀ ਰੋ ਪੈਂਦੇ ਨੇ। ਅੱਜ ਜਿਸਮ ਦੇ ਵਿੱਚ ਜਾਨ ਹੈ ਤੇ ਦੇਖਦੇ ਨਹੀਂ ਲੋਕ, ਅੱਜ ਜਾਨ ਹੈ ਨਾ ਸਾਡੇ ਸਰੀਰ ਵਿੱਚ, ਸਾਨੂੰ ਕਈ ਦੇਖਦੇ ਨੇ, ਇਗਨੋਰ ਕਰਦੇ ਨੇ। ਅੱਜ ਜਿਸਮ ਦੇ ਵਿੱਚ ਜਾਨ ਹੈ ਤੇ ਦੇਖਦੇ ਨਹੀਂ ਲੋਕ, ਜਦੋਂ ਰੂਹ ਨਿਕਲ ਜਾਂਦੀ ਹੈ ਨਾ ਤੇ ਕਫਨ ਹਟਾ ਹਟਾ ਕੇ ਵੇਖਣਗੇ, ਕਫਨ ਹਟਾ। ਮੈਂ ਇੱਕ ਵਾਰੀ ਇਹਦਾ ਚਿਹਰਾ ਵੇਖਣਾ, ਇੱਕ ਵਾਰੀ ਇਹਦਾ ਮੂੰਹ ਵੇਖਣਾ, ਉਹ ਜਦੋਂ ਜਿਉਂਦਾ ਜੀ ਤੇਰੇ ਨਾਲ ਸੀ ਉਦੋਂ ਤੇ ਤੂੰ ਕਦਰ ਕੀਤੀ ਕੋਈ ਨਹੀਂ, ਜਿਉਂਦਾ ਜਾਗਦਾ ਜਦੋਂ ਬੰਦਾ ਤੇਰੇ ਕੋਲ ਭੱਜਦਾ ਸੀ ਉਦੋਂ ਤੇ ਤੂੰ ਕਦਰ ਕੀਤੀ ਕੋਈ ਨਹੀਂ, ਵੇਖਿਆ ਤੱਕ ਨਹੀਂ ਉਹਦੇ ਵੱਲ, ਤੇ ਮਰਨ ਤੋਂ ਬਾਅਦ ਕਫਨ ਚੁੱਕ ਚੁੱਕ ਕੇ ਦੇਖਣ ਦਾ ਫਿਰ ਕੀ ਫਾਇਦਾ ਹੈ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੇ ਬੱਚੇ ਬੈਠੇ ਹੋ ਨਾ, ਮੇਰੀ ਬੇਨਤੀ ਹੈ ਮਾਤਾ ਪਿਤਾ ਦੀ ਕਦਰ ਕਰਿਆ ਕਰੋ, ਜਿੰਨੀ ਸੇਵਾ ਲੁੱਟ ਸਕਦੇ ਹੋ ਮਾਪਿਆਂ ਦੀ ਲੁੱਟੋ, ਤੇ ਜਿੰਨੇ ਵੱਡੇ ਬੈਠੇ ਹੋ ਮਾਪੇ ਬੈਠੇ ਹੋ, ਤੁਸੀਂ ਵੀ ਬੱਚਿਆਂ ਦੀ ਫੀਲਿੰਗ ਨੂੰ ਸਮਝੋ। ਉਸ ਵੇਲੇ ਜਦੋਂ ਬੱਚਾ ਤੁਹਾਡੇ ਨਾਲ ਕੋਈ ਗੱਲ ਕਰਦਾ ਨਾ, ਉਹਨਾਂ ਦੀ ਉਮਰ ਵਿੱਚ ਆਪਣਾ ਮਾਈਂਡ ਲਿਜਾ ਕੇ ਉਹਨਾਂ ਮੁਤਾਬਕ ਉਹਨਾਂ ਨਾਲ ਵਿਚਰੋ, ਉਹਨਾਂ ਮੁਤਾਬਕ ਜਿਉਂਦਿਆਂ ਜੀ ਕਦਰ ਕਰੋ ਇੱਕ ਦੂਜੇ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਅੱਜ ਜਿਸਮ ਦੇ ਵਿੱਚ ਜਾਣ ਤੇ ਦੇਖਦੇ ਨਹੀਂ ਲੋਕ, ਜਦੋਂ ਰੂਹ ਨਿਕਲ ਜਾਏਗੀ ਤੇ ਕਫਨ ਹਟਾ ਹਟਾ ਕੇ ਵੇਖਣਗੇ। ਅਗਲੀ ਗੱਲ ਕਹਿੰਦੇ, ਕਿਸੇ ਨੇ ਇਹ ਖੂਬ ਕਿਹਾ ਜਿਹੜੀ ਮੈਂ ਗੱਲ ਬੋਲਣ ਲੱਗਾ, ਕਿਸੇ ਨੇ ਖੂਬ ਲਿਖੇ, ਅਗਲੀ ਗੱਲ ਸੁਣਿਓ, ਕਹਿੰਦੇ ਵਕਤ ਕੱਢ ਕੇ ਗੱਲਾਂ ਕਰ ਲਿਆ ਕਰੋ ਆਪਣਿਆਂ ਦੇ ਨਾਲ, ਜੇ ਆਪਣੇ ਹੀ ਨਾ ਰਹੇ ਤੇ ਵਕਤ ਦਾ ਕੀ ਕਰੋਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਵਕਤ ਕੱਢ ਕੇ ਗੱਲ ਕਰ ਲਿਆ ਕਰੋ ਆਪਣਿਆਂ ਦੇ ਨਾਲ। ਕਈ ਵਾਰੀ ਬੰਦਾ ਕਹਿੰਦਾ ਜੀ ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਮਿਲਿਆ, ਕਈਆਂ ਦੇ ਬੱਚੇ ਬਾਹਰ ਚਲੇ ਜਾਂਦੇ ਨੇ ਬਾਹਰ ਫਾਲਤੂ ਕੰਮਾਂ ਲਈ, ਟਾਈਮ ਹੁੰਦਾ ਬੇਬੇ ਨਾਲ ਗੱਲ ਕਰਨ ਨੂੰ, 5-5 ਮਹੀਨੇ ਲਾ ਦਿੰਦੇ ਨੇ ਕਈ ਵਾਰੀ, ਹੈਂਜੀ 4-4 ਮਹੀਨੇ ਲਾ ਦਿੰਦੇ ਬਾਪੂ ਨਾਲ ਗੱਲ ਹੀ, ਮੈਂ ਬਿਜ਼ੀ ਬਣਾ,
ਉਹ ਫਾਲਤੂ ਕੰਮ ਤੋਂ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਮੋਬਾਈਲ ਚਲਾਏ, ਫੇਸਬੁੱਕਾਂ ਚਲਾਈਆਂ, ਉਹਦੇ ਲਈ ਟਾਈਮ ਮਿਲਿਆ? ਬਾਪੂ ਨਾਲ ਗੱਲ ਕਰਨ ਦਾ ਟਾਈਮ ਨਹੀਂ, ਮਾਂ ਨਾਲ ਗੱਲ ਕਰਨ ਦਾ ਟਾਈਮ ਨਹੀਂ, ਪਤਨੀ ਨਾਲ ਗੱਲ ਕਰਨ ਦਾ ਟਾਈਮ ਨਹੀਂ ਤੇਰੇ ਕੋਲ? ਹਾਂਜੀ, ਗੱਲਾਂ ਕਰ ਲਿਆ ਕਰੋ ਵਕਤ ਕੱਢ ਕੇ ਆਪਣਿਆਂ ਦੇ ਨਾਲ, ਜੇ ਆਪਣੇ ਹੀ ਨਾ ਰਹੇ ਤੇ ਵਕਤ ਦਾ ਕੀ ਕਰੋਗੇ? ਆਖੋ ਧੰਨ ਗੁਰੂ ਰਾਮਦਾਸ ਜੀ। ਇੱਕ ਦੂਜੇ ਨਾਲ ਗੱਲਾਂ ਕਰਿਆ ਕਰੋ, ਬੈਠਿਆ ਕਰੋ, ਇੱਕ ਦੂਜੇ ਦੀਆਂ ਜਾਣਿਆ ਕਰੋ। ਤੇਰੇ ਅੰਦਰ ਕੀ ਹੈ ਮੈਨੂੰ ਦੱਸ। ਦੋ ਮਿੰਟ ਤੂੰ ਮਿੱਠੇ ਬੋਲ ਬੋਲ ਦਿੱਤੇ, ਅਗਲੇ ਨੇ ਤੇਰੇ ਨਾਲ ਦੁੱਖ ਹਲਕਾ ਕਰ ਲਿਆ, ਤੇਰਾ ਕੁਝ ਗਿਆ ਨੀ, ਪਰ ਅਗਲੇ ਦੀ ਅਟੈਚਮੈਂਟ ਤੇਰੇ ਨਾਲ ਹੋਰ ਬਣ ਗਈ। ਨਹੀਂ ਯਾਰ, ਮੇਰੀ ਗੱਲ ਸੁਣਦਾ ਹੈ ਤੇ ਮੇਰੀ ਗੱਲ ਦਾ ਮਜ਼ਾਕ ਵੀ ਨਹੀਂ ਬਣਾਉਂਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਵਕਤ ਕੱਢ ਕੇ ਗੱਲਾਂ ਕਰ ਲਿਆ ਕਰੋ ਆਪਣਿਆਂ ਨਾਲ, ਜੇ ਆਪਣੇ ਹੀ ਨਾ ਰਹੇ ਤੇ ਵਕਤ ਦਾ ਕੀ ਕਰੋਗੇ? ਤੇ ਅਗਲੀ ਗੱਲ ਸੁਣਿਓ, ਕਹਿੰਦੇ ਗਰੂਰ ਕਿਸ ਗੱਲ ਦਾ ਹੈ? ਉਹ ਪਿਆਰੇ ਆ, ਗਰੂਰ ਕਿਸ ਗੱਲ ਦਾ ਹੈ? ਅੱਜ ਮਿੱਟੀ ਦੇ ਉੱਤੇ ਤੇ ਕੱਲ ਮਿੱਟੀ ਦੇ ਥੱਲੇ ਹੋਏਗਾ ਜੀ। ਇਸ ਕਰਕੇ ਵਕਤ ਕੱਢ ਕੇ ਗੱਲਾਂ ਵੀ ਕਰਿਆ ਕਰੋ ਆਪਣਿਆਂ ਨਾਲ, ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਵੀ ਬਣੋ। ਕਫਨ ਹਟਾ ਹਟਾ ਕੇ ਚਿਹਰਾ ਵੇਖਣ ਤੋਂ ਪਹਿਲਾਂ ਉਹ ਸਿਚੁਏਸ਼ਨ ਆਵੇ, ਉਹ ਜਿਹੜਾ ਬੰਦਾ ਤੇਰੇ ਸਾਹਮਣੇ ਜਿਉਂਦਾ ਜਾਗਦਾ ਨਾ, ਉਹਦੇ ਵੱਲ ਵੇਖ ਲਿਆ ਕਰ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਦਰ ਕਰਨੀ ਹੈ ਤੇ ਜਿਉਂਦਿਆਂ ਜੀ ਕਰੋ, ਮਰਨ ਤੇ ਪਰਾਏ ਵੀ ਰੋ ਪੈਂਦੇ ਨੇ। ਇਹ ਮੇਰੀ ਬੇਨਤੀ ਹੈ, ਗਰੂਰ ਨਾ ਕਰੋ। ਗਰੂਰ ਨਹੀਂ, ਕਿਸੇ ਗੱਲ ਦਾ ਗਰੂਰ ਨਹੀਂ। ਅੱਜ ਮਿੱਟੀ ਦੇ ਉੱਤੇ ਅਕਲ ਥੱਲੇ ਆ ਤੇ ਫਿਰ ਕਿਉਂ ਦੁਬਾਰਾ ਪਾਈ ਬੈਠੇ ਆ? ਮੈਂ ਇਹਨੂੰ ਨੀ ਬੁਲਾਉਣਾ, ਮੈਂ ਇਹਨੂੰ ਨੀ ਬੁਲਾਉਣਾ, ਮੈਂ ਇਹਦੇ ਨਾਲ ਨਫ਼ਰਤ। ਕਾਹਦੀ ਨਫ਼ਰਤ? ਅਸੀਂ ਕਿਹੜੀਆਂ ਜ਼ਮੀਨਾਂ ਵੰਡਣੀਆਂ ਨੇ? ਅਸੀਂ ਕਿਹੜੀਆਂ ਜਦੌਦਾਂ ਵੰਡਣੀਆਂ ਨੇ? ਹਾਂਜੀ, ਜੇ ਕਿਸੇ ਨੇ ਵੰਡਣੀ ਵੀ ਹੈ ਮੰਨ ਲਓ ਤੇ ਪਿਆਰਿਓ, ਜੇ ਹਿੱਸਾ ਥੋੜਾ ਵੱਧ ਜਾਂਦਾ ਨਾ, ਦੂਜੇ ਵੱਲ ਜਾਣ ਦਿਓ, ਕੋਈ ਨੀ। ਲੈ ਭਰਾਵਾ ਤੂੰ ਖੁਸ਼ ਹੋ ਜਾ, ਤੂੰ ਆਪਣਾ ਰਾਂਝਾ ਰਾਜੀ ਕਰ, ਤੂੰ ਖੁਸ਼ ਹੋ ਜਾ। ਜੇ ਮੇਰੇ ਇਹ ਕੰਮ ਕਰਨ ਦੇ ਨਾਲ ਤੈਨੂੰ ਖੁਸ਼ੀ ਮਿਲਦੀ ਹੈ ਨਾ, ਚੱਲ ਕੋਈ ਗੱਲ ਨੀ, ਮੇਰੇ ਲਈ ਮੇਰਾ ਮਾਲਕ ਬੈਠਾ, ਬਰਕਤਾਂ ਪਾ ਹੀ ਦੇਵੇਗਾ। ਖੁਦ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਕਈ ਵਾਰੀ ਸਾਡੇ ਝਗੜੇ ਉਹਨਾਂ ਨਾਲ ਪੈ ਜਾਂਦੇ ਨੇ, ਚਲੋ ਜਿਹਨੇ ਜ਼ਮੀਨ ਜਦਾਦ ਵੰਡਣੀ, ਕਾਰਨ ਹੈ ਕੋਈ ਝਗੜਾ ਕਰਨ ਦਾ। ਵੈਸੇ ਤਾਂ ਉਹ ਵੀ ਨਹੀਂ ਹੋਣਾ ਚਾਹੀਦਾ, ਮੈਂ ਪਹਿਲੇ ਕਿਹਾ, ਤੁਸੀਂ ਸੰਗਤ ਕਰਦੇ ਹੋ, ਦੂਜੇ ਭਾਈ ਵੱਲ ਜਾਂਦਾ ਜਾਵੇ, ਕੋਈ ਨਹੀਂ ਬਸ। ਬਾਕੀ ਦੀਆਂ ਥਾਵਾਂ ਤੇ ਸਿਖਾਇਆ ਜਾਏਗਾ, ਲੜਾਈ ਝਗੜਾ ਕਰ, ਆਪਣਾ ਹਿੱਸਾ ਲੈ, ਲੜਾਈ ਝਗੜਾ ਕਰ, ਕਰ ਬਟਵਾਰਾ, ਪਰ ਇੱਥੇ ਤੁਹਾਨੂੰ ਮੈਂ ਸਿਖਾਵਾਂਗਾ, ਉਹ ਜੇ ਕਸਰ ਲੱਗਦੀ ਹੈ ਖਾ ਲਿਓ, ਕੋਈ ਗੱਲ ਨਹੀਂ। ਉਹ ਗੁਰੂ ਰਾਮਦਾਸ ਦੀ, ਬਾਬਾ ਦੀਪ ਸਿੰਘ ਦੀ ਬਰਕਤ ਬੜੀ ਵੱਡੀ ਹੁੰਦੀ ਜੇ, ਉਹ ਬੜੀ ਵੱਡੀ ਹੈ। ਮੈਂ ਤੁਹਾਨੂੰ ਇਹ ਸਿਖਾਉਣਾ, ਮੈਂ ਲੜਾਈ ਝਗੜੇ ਨਹੀਂ ਸਿਖਾਉਣੇ। ਚਲੋ ਜਿੱਥੇ ਜ਼ਮੀਨਾਂ ਜਦਾਦਾਂ ਵੰਡਣੀਆਂ, ਉੱਥੇ ਲੜਾਈ ਝਗੜੇ ਦਾ ਕੋਈ ਕਾਰਨ ਹੈ, ਪਰ ਕਈ ਥਾਵਾਂ ਤੇ ਐਵੇਂ ਲੜਾਈ ਝਗੜੇ ਹੋਏ। ਇੱਕ ਸੁਸਾਇਟੀ ਨੇ ਦੂਜੀ ਸੁਸਾਇਟੀ ਨਾਲ ਕੀ ਲੈਣਾ? ਇੱਕ ਸਭਾ ਦੇ ਪ੍ਰਧਾਨ ਨੇ ਦੂਜੇ ਸਭਾ ਦੇ ਪ੍ਰਧਾਨ ਨਾਲ ਕੀ ਲੈਣਾ? ਇੱਕ ਕੀਰਤਨੀਏ ਨੇ ਦੂਜੇ ਕੀਰਤਨੀਏ ਨਾਲ ਕੀ ਲੈਣਾ? ਇੱਕ ਮਹਾਂਪੁਰਖ ਨੇ ਦੂਜੇ ਮਹਾਂਪੁਰਖ ਨਾਲ ਕੀ ਲੈਣਾ? ਹੈਂਜੀ, ਕੋਈ ਜ਼ਮੀਨਾਂ ਵੰਡਣੀਆਂ, ਕੋਈ ਜਦਾਦਾਂ ਵੰਡਣੀਆਂ? ਕੀਰਤਨੀਏ ਦੀ ਚੜ੍ਹਦੀ ਕਲਾ ਹੋ ਰਹੀ, ਦੂਜਾ ਬਸ ਉਹਦੀਆਂ ਲੱਤਾਂ ਖਿੱਚਣ ਨੂੰ ਤਿਆਰ ਹੋ ਗਿਆ। ਇੱਕ ਪ੍ਰਧਾਨ ਸਭਾ ਸੁਸਾਇਟੀ ਦਾ, ਉਹਦੀ ਚੜ੍ਹਦੀ ਕਲਾ ਹੋ ਰਹੀ, ਦੂਜਾ ਪ੍ਰਧਾਨ ਲੱਤਾਂ ਖਿੱਚਣ ਲਈ ਤਿਆਰ ਹੋ ਗਿਆ। ਕੀ ਵੰਡਣਾ ਭਾਈ, ਕੀ ਲੈ ਕੇ ਆਏ ਸਾਂ, ਕੀ ਲੈ ਕੇ ਜਾਣਾ? ਉਹ ਮੁਸਕੁਰਾਹਟ ਵੰਡੋ, ਮੁਸਕੁਰਾਹਟ ਢਹਿ ਪਾਓ, ਢਹਿ ਪਾਓ,
ਅੰਦਰੋਂ ਢਹਿ ਪਾਓ ਕੋਈ ਨੀ, ਤੇ ਜੇ ਕੋਈ ਢਹਿ ਕੇ ਆ ਗਿਆ ਫਿਰ ਉੱਥੇ ਵੀ ਤਣ ਕੇ ਨੀ ਰਹਿਣਾ, ਉਹਨੂੰ ਗਲੇ ਨਾਲ ਲਾ ਲਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ ਆਹੀ ਯਾਦਾਂ ਰਹਿ ਜਾਣੀਆਂ ਨੇ ਨਾਲ, ਆਹੀ ਜਿਉਂਦਿਆਂ ਜੀ ਕਦਰਾਂ ਕਰੋ ਇੱਕ ਦੂਜੇ ਦੀਆਂ, ਜਿਉਂਦਿਆਂ ਜੀ। ਦੱਸੋ ਹੁਣ ਮੰਨ ਲਓ ਇਹ ਕੀਰਤਨ ਕਰਦਾ, ਐਗਜ਼ਾਮਪਲ ਦੇ ਦਿਆ, ਇਹਦੀ ਚੜ੍ਹਦੀ ਕਲਾ ਬਹੁਤ ਹੋ ਰਹੀ, ਮੇਰਾ ਸਾਥੀ ਹੈ, ਚੜ੍ਹਦੀ ਕਲਾ ਬਹੁਤ ਹੋ ਰਹੀ, ਹੁਣ ਇਹਦੀ ਚੜ੍ਹਦੀ ਕਲਾ ਵੱਲ ਵੇਖ ਕੇ ਮੈਂ ਈਰਖਾ ਆਪਣੇ ਅੰਦਰ ਕਰੀ ਜਾਵਾਂ, ਹਾਏ ਇਹ ਕਿਉਂ ਚੜ੍ਹਦੀ ਕਲਾ 'ਚ ਹੋ ਰਿਹਾ, ਇਹ ਕਿਉਂ ਚੜ੍ਹਦੀ ਕਲਾ 'ਚ ਹੋ ਰਿਹਾ, ਮੈਂ ਬਸ ਇਹਨੂੰ ਥੱਲੇ ਲਾਉਣਾ, ਥੱਲੇ ਲਾਉਣਾ, ਮੈਂ ਇਹਦੇ ਨਾਲ ਕੀ ਵੰਡਣਾ ਲੈਣਾ, ਇਹ ਆਪਣੀ ਜਗ੍ਹਾ 'ਤੇ ਆਪਣੇ ਕੰਮ ਕਰੇ, ਮੈਂ ਆਪਣੀ ਜਗ੍ਹਾ 'ਤੇ ਆਪਣੇ ਕੰਮ ਕਰਾਂ, ਬਾਬਾ ਇਹਨੂੰ ਵੀ ਭਾਗ ਲਾਵੇ, ਇਹਦੇ ਪੈਰਾਂ ਪਿੱਛੇ ਮੈਨੂੰ ਵੀ ਲਾਵੇ। ਆ ਮੇਰੇ ਨਾਲ ਖੁਦ ਚਾਂਸ ਬੀਤਿਆ ਸੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਤੇ ਅਸੀਂ ਦੋ ਤਿੰਨ ਮਹੀਨੇ ਬਾਅਦ ਰਹਿਣ ਸਭਾਈ ਸਮਾਗਮ ਕਰਦੇ ਹਾਂ, ਦੋ ਤਿੰਨ ਮਹੀਨੇ ਬਾਅਦ, ਅੱਗੇ ਸਾਲ ਬਾਅਦ ਇੱਕ ਰਹਿਣ ਸਭਾਈ ਸਮਾਗਮ ਕਰੀਦਾ ਸੀ ਬੜੇ ਵੱਡੇ ਪੱਧਰ ਤੇ, ਹੁਣ ਤੇ ਹਰ ਵਾਰੀ ਵੱਡਾ ਪੱਧਰ ਹੀ ਹੋ ਜਾਂਦਾ, ਅੱਗੇ ਕਿੰਨੀ ਮਿਹਨਤ, ਕਿੰਨੇ ਬੋਰਡ ਲਾਓ, ਕਿੰਨੀ ਐਡ ਕਰੋ, ਸਭ ਕੁਝ ਕਰਨਾ ਪੈਂਦਾ ਸੀ, ਤੇ ਪੰਜ ਪੰਜ ਮਹੀਨੇ ਪਹਿਲੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ। ਅਸੀਂ ਸਮਾਗਮ ਰੱਖਿਆ ਪਟਾਕਾ ਮਾਰਕੀਟ, ਇਹ ਅੰਮ੍ਰਿਤਸਰ ਦੇ ਜਿਹੜੇ ਜਾਣੂ ਉਹਨਾਂ ਨੂੰ ਪਤਾ ਪਟਾਕਾ ਮਾਰਕੀਟ ਦਾ, ਜਿਸ ਤਰੀਕ ਦਾ ਸਾਡਾ ਸਮਾਗਮ ਸੇਮ ਉਸੇ ਤਰੀਕ ਨੂੰ ਪਿਆਰਿਓ, ਪੰਜ ਮਿੰਟ ਦੀ ਦੂਰੀ ਹੈ, ਚਾਟੀ ਪਿੰਡ ਚੌਂਕ ਦੇ ਕੋਲ ਸੜਕ ਦੇ ਉੱਤੇ ਇੱਕ ਸਭਾ ਸੁਸਾਇਟੀ ਨੇ ਪ੍ਰੋਗਰਾਮ ਰੱਖ ਲਿਆ, ਅਣਜਾਣ ਕੋਣੇ 'ਚ ਰੱਖਿਆ ਗਿਆ, ਤਰੀਕਾਂ ਦਾ ਨਹੀਂ ਪਤਾ ਲੱਗਾ ਹੋਣਾ, ਕਈ ਵਾਰੀ ਭੋਲੇ ਭਾਅ ਹੋ ਜਾਂਦੇ, ਕਈ ਕੰਮ ਜਾਣ ਬੁੱਝ ਕੇ ਨਹੀਂ ਹੋਇਆ, ਉਹਨਾਂ ਵੱਲੋਂ ਵੀ ਪ੍ਰੋਗਰਾਮ ਮਿੱਥ ਲਿਆ ਗਿਆ, ਸੇਮ ਤਰੀਕ ਦਾ ਸਾਡੇ ਵੱਲੋਂ ਪੰਜ ਛੇ ਮਹੀਨੇ ਪਹਿਲੇ ਦਾ ਮਿੱਥਿਆ ਸੀ, ਪੋਸਟਰ ਵੀ ਲੱਗ ਗਿਆ ਮਹੀਨਾ ਡੇਢ ਮਹੀਨਾ ਪਹਿਲਾਂ, ਜਦੋਂ 15 ਕੁ ਦਿਨ ਹੋਏ ਸਾਡੇ ਪੋਸਟਰ ਲੱਗੇ, ਜਦੋਂ ਉਹਨਾਂ ਦੇ ਪੋਸਟਰ ਮੈਂ ਵੇਖੇ ਲੱਗੇ, ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਇੰਨਾ ਪ੍ਰਚਾਰ ਕੀਤਾ, ਇੰਨਾ ਸਭ ਕੁਝ ਹੋਇਆ, ਇਹਨਾਂ ਨੇ ਪ੍ਰੋਗਰਾਮ ਰੱਖ ਲਿਆ, ਤੇ ਜੱਥੇ ਵੀ ਕਿਵੇਂ, ਜਿਹੜੇ ਜੱਥੇ ਨੇ 8 ਤੋਂ 9 ਮੰਨ ਲਓ ਸਾਡੇ ਕੋਲ ਕਰਨਾ, 9:30 ਤੋਂ 10:30 ਉੱਥੇ ਕਰਨਾ, ਜੱਥੇ ਵੀ ਸੇਮ ਬਿਲਕੁਲ, ਮੈਂ ਗੁਰੂ ਪਿਤਾ ਜੀ ਦੀ ਗੋਦੀ 'ਚ ਕਹਿ ਰਿਹਾ। ਹੁਣ ਜਦੋਂ ਇਹ ਚੀਜ਼ ਮੈਂ ਵੇਖੀ, ਥੋੜ੍ਹਾ ਜਿਹਾ ਪਰੇਸ਼ਾਨੀ ਆਈ ਅੰਦਰ, ਮੈਂ ਕਿਹਾ ਮਹਾਰਾਜ ਛੋਟਾ ਜਿਹਾ ਸ਼ਹਿਰ ਹੈ, ਉੱਦਾਂ ਤਾਂ ਸਾਰੀ ਦੁਨੀਆ ਤੋਂ ਵੱਡਾ ਸ਼ਹਿਰ ਹੈ ਅੰਮ੍ਰਿਤਸਰ, ਪਰ ਪਾਪੂਲੇਸ਼ਨ ਦੇ ਹਿਸਾਬ ਨਾਲ, ਆਬਾਦੀ ਦੇ ਹਿਸਾਬ ਨਾਲ ਕਹਿ ਲਓ, ਹੈਂਜੀ, ਲੰਬਾਈ ਚੌੜਾਈ ਦੇ ਕਿਲੋਮੀਟਰਾਂ ਦੇ ਹਿਸਾਬ ਨਾਲ ਕਹਿ ਲਓ ਛੋਟਾ ਸ਼ਹਿਰ ਹੈ, ਮੈਂ ਕਿਹਾ ਛੋਟਾ ਸ਼ਹਿਰ ਹੈ ਸਭ ਤੋਂ, ਤੇ ਛੋਟੇ ਜਿਹੇ ਸ਼ਹਿਰ ਵਿੱਚ ਤੇ ਇਲਾਕਾ ਵੀ ਤਕਰੀਬਨ ਸੇਮ, 5 ਕੁ ਮਿੰਟ ਦਾ ਗੈਪ, ਦੋ ਪ੍ਰੋਗਰਾਮ, ਜੱਥੇ ਵੀ ਸੇਮ, ਮੈਂ ਕਿਹਾ ਸੰਗਤ ਉੱਧਰ ਜਾਏਗੀ ਕਿ ਉੱਧਰ ਜਾਏਗੀ, ਕਨਫਿਊਜ਼ ਹੋ ਜਾਣਗੇ ਲੋਕ ਕਿੱਧਰ ਜਾਈਏ, ਜੱਥੇ ਵੀ ਸੇਮ ਨੇ, ਚੱਲ ਜੇ ਇੱਥੇ ਨਹੀਂ ਸੁਣਿਆ ਦੂਜੀ ਜਗ੍ਹਾ ਸੁਣ ਲਾਂਗੇ ਲੋਕਾਂ ਨੇ ਕਹਿਣਾ, ਮੈਂ ਕਿਹਾ ਕਰੀਏ ਕੀ, ਪਹਿਲੇ ਤਾਂ ਮੇਰੇ ਮਨ 'ਚ ਆਏ ਉਹਨਾਂ ਨੂੰ ਫੋਨ ਕਰਾਂ, ਬਈ ਤੁਸੀਂ ਆਪਣੀ ਡੇਟ ਚੇਂਜ ਕਰੋ, ਫਿਰ ਮੈਂ ਕਿਹਾ ਨਹੀਂ, ਇਹ ਭੋਲੇ ਭਾਅ ਹੋ ਰਹੇ ਆ ਕੰਮ, ਉਹਨਾਂ ਦੀ ਵੀ ਕੋਈ ਗਲਤੀ ਨਹੀਂ, ਅਸੀਂ ਵੀ ਮਿੱਥਿਆ ਪ੍ਰੋਗਰਾਮ, ਮੈਂ ਕਰਾਂ ਕੀ, ਅਤੇ ਫਿਰ ਮੈਂ ਇੱਕ ਕੰਮ ਕੀਤਾ, ਬਾਪੂ ਦੀਪ ਸਿੰਘ ਦੇ ਦਰ 'ਤੇ ਗਿਆ, 5 ਪੜ ਜਪਜੀ ਸਾਹਿਬ ਦੀ ਹਾਜ਼ਰੀ ਲਾਈ, ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਖੰਡੇ ਵਾਲੇ ਬਾਪੂ ਦੇ ਚਰਨਾਂ 'ਚ ਅਰਦਾਸ ਕੀਤੀ, ਮੈਂ ਕਿਹਾ ਦਾਤਿਆ ਤੁਹਾਡੇ ਬੱਚਿਆਂ ਵੱਲੋਂ ਫਲਾਣੀ ਤਰੀਕ ਨੂੰ ਰਹਿਣ ਸਭਾਈ ਸਮਾਗਮ ਹੈ, ਅਤੇ ਦੂਜੀ ਸਭਾ ਸੁਸਾਇਟੀ ਉਹ ਵੀ ਤੁਹਾਡੀ ਹੈ, ਉਹਨਾਂ ਦਾ ਵੀ ਮੈਂ ਨਾਂ ਲਿਆ, ਮੈਂ ਕਿਹਾ ਉਹਨਾਂ ਵੱਲੋਂ ਵੀ ਸੇਮ ਤਰੀਕ ਦੇ ਉੱਤੇ ਆਹ ਪ੍ਰੋਗਰਾਮ ਰੱਖ ਲਿਆ ਗਿਆ, ਬਾਪੂ ਦੀਪ ਸਿੰਘ ਜੀ ਮੈਂ ਵੀ ਤੁਹਾਡਾ ਪੁੱਤ, ਉਹ ਵੀ ਤੁਹਾਡੇ ਬੱਚੇ ਨੇ, ਕਿਰਪਾ ਕਰਿਓ ਉੱਥੇ ਵੀ ਸੰਗਤ ਦੇ ਪੈਰ ਰੱਖਣ ਦੀ ਜਗ੍ਹਾ ਨਾ ਹੋਵੇ, ਤੇ ਇੱਥੇ ਵੀ ਸੰਗਤ ਦੇ ਪੈਰ ਰੱਖਣ ਨੂੰ ਥਾਂ ਨਾ ਹੋਵੇ, ਸ਼ੁਕਰਾਨੇ।
ਮੈਂ ਕਿਹਾ ਉੱਥੇ ਵੀ ਪੈਰ ਰੱਖਣ ਨੂੰ ਥਾਂ ਨਾ ਹੋਵੇ ਇੰਨੀ ਸੰਗਤ ਆ ਜੇ, ਇੱਥੇ ਵੀ ਪੈਰ ਰੱਖਣ ਨੂੰ ਥਾਂ ਨਾ ਹੋਵੇ ਇੰਨੀ ਸੰਗਤ ਭੇਜਿਓ, ਹੁਣ ਦੋਨਾਂ ਬੱਚਿਆਂ ਦੀ ਇੱਜ਼ਤ ਤੁਸੀਂ ਰੱਖੋ। ਹੋਇਆ ਵੀ ਏਦਾਂ ਹੀ, ਜਦੋਂ ਪ੍ਰੋਗਰਾਮ ਹੋਇਆ ਰਹਿਣ ਸਬਾਈ, ਇੱਧਰ ਸੰਗਤਾਂ ਦਾ ਹੜ ਸੀ ਪੂਰਾ, ਤੇ ਅਗਲੇ ਦਿਨ ਜਦੋਂ ਮੈਂ ਰਿਪੋਰਟ ਮੰਗਾਈ ਮੈਂ ਕਿਹਾ ਉੱਧਰ ਕੀ ਹਾਲ ਸੀ ਸੰਗਤ, ਕਹਿੰਦੇ ਉੱਧਰ ਵੀ ਪੈਰ ਰੱਖਣ ਦੀ ਥਾਂ ਨਹੀਂ ਸੀ। ਮੇਰੇ ਅੰਦਰ ਸ਼ਾਂਤੀ ਮਿਲੀ, ਮੈਂ ਕਿਹਾ ਸ਼ੁਕਰ ਹੈ ਸ਼ੁਕਰ। ਅਸੀਂ ਕੀ ਲੈਣਾ ਲੜ ਝਗੜ ਕੇ, ਅਸੀਂ ਕੀ ਲੈਣਾ ਲੜਾਈਆਂ ਕਰਕੇ। ਹਾਂਜੀ, ਇੱਥੇ ਤੇ ਕੋਈ ਲੜਨ ਵੀ ਆ ਰਿਹਾ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲ, ਉਹ ਲੜਾਈ ਦਾ ਜਵਾਬ ਲੜਾਈ ਨਾਲ ਨਹੀਂ ਦੇ ਰਹੇ, ਲੜਾਈ ਦਾ ਜਵਾਬ ਲੜਾਈ ਨਾਲ ਨਹੀਂ। ਉਹ ਤੇ ਗੁਰੂ ਰਾਮਦਾਸ ਅੱਗੇ ਪੱਲਾ ਪਾ ਕੇ ਅਰਦਾਸ ਕਰਦੇ ਨੇ, ਮਹਾਰਾਜ ਸੁਲਖੀ ਤੇ ਨਾਰਾਇਣ ਰਾਖ। ਇਹ ਸੁਲੀ ਖਾਂ ਚੜ ਕੇ ਆ ਰਿਹਾ, ਸਾਡਾ ਇਹਦੇ ਨਾਲ ਵੈਰ ਹੈ ਹੀ ਕੋਈ ਨਹੀਂ, ਅਸੀਂ ਤੇ ਨਿਰਵੈਰਤਾ ਦੀ ਪੜ੍ਹਾਈ ਕੀਤੀ ਹੈ ਤੇ ਕਰਾਉਂਦੇ ਹਾਂ, ਸਾਡਾ ਤੇ ਵੈਰ ਹੈ ਹੀ ਕੋਈ ਨਹੀਂ। ਹੁਣ ਗੁਰੂ ਰਾਮਦਾਸ ਤੂੰ ਜਾਣ ਤੇ ਤੇਰਾ ਕੰਮ ਜਾਣਿਆ। ਇਹ ਮੇਰੀ ਬੇਨਤੀ ਹੈ, ਐਵੇਂ ਲੜਾਈ ਝਗੜੇ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ, ਅੱਜ ਤੁਸੀਂ ਮੇਰੇ ਉਲਟ ਬੋਲੋਗੇ, ਕੱਲ੍ਹ ਨੂੰ ਮੈਂ ਤੁਹਾਡੇ ਉਲਟ ਬੋਲਾਂਗਾ, ਕੱਲ੍ਹ ਨੂੰ ਤੁਹਾਡਾ ਭਰਾ ਤੁਹਾਡੇ ਉਲਟ ਬੋਲ ਰਿਹਾ, ਪਰਸੋਂ ਨੂੰ ਉਹ ਤੁਸੀਂ ਉਹਦੇ ਉਲਟ ਬੋਲੋਗੇ, ਅੱਜ ਤੁਹਾਡੇ ਮਾਤਾ ਪਿਤਾ ਤੁਹਾਡੇ ਖਿਲਾਫ ਨੇ, ਕੱਲ੍ਹ ਨੂੰ ਬੱਚੇ ਖਿਲਾਫ, ਕੀ ਕਰਨਾ ਆਪਾਂ, ਕੀ ਲੈਣਾ, ਕੀ ਲੈਣਾ, ਕੀ ਲੈਣਾ ਦੱਸੋ। ਜਿਉਂਦਿਆਂ ਜੀ ਇੱਕ ਦੂਜੇ ਦੀ ਕਦਰ ਕਰੋ, ਕਦਰ ਜਦੋਂ ਮਰ ਜਾਏਗਾ ਨਾ ਕੋਈ ਕੋਈ ਵੀ ਚਲਿਆ ਗਿਆ, ਉਦੋਂ ਫਿਰ ਕਫਨ ਚੁੱਕ ਚੁੱਕ ਕੇ ਦੇਖਾਂਗੇ, ਹਾਏ ਬੜਾ ਚੰਗਾ ਹੁੰਦਾ ਸੀ, ਉਦੋਂ ਤੈਨੂੰ ਚੰਗੀਆਂ ਚੇਤੇ ਆਉਣੀਆਂ। ਜਿਉਂਦਿਆਂ ਜੀ ਇੱਕ ਦੂਜੇ ਦੀ ਕਦਰ ਕਰੀਏ, ਅੱਜ ਜੇ ਮਿੱਟੀ ਦੇ ਉੱਤੇ ਆ, ਕੱਲ ਮਿੱਟੀ ਸਾਡੇ ਉੱਤੇ ਹੋਏਗੀ, ਤੇ ਫਿਰ ਇਹ ਵੈਰ ਵਿਰੋਧ ਦੀਆਂ ਕੰਧਾਂ ਪਾ ਕੇ, ਨਾ ਕਿਸੇ ਨੂੰ ਕੁਝ ਮਿਲਿਆ, ਨਾ ਮਿਲ ਰਿਹਾ ਤੇ ਨਾ ਹੀ ਮਿਲੇਗਾ। ਇਹਦੇ ਨਾਲ ਆਪਣਾ ਟਾਈਮ ਵੀ ਖਰਾਬ ਕਰਦਾ, ਆਪਣਾ ਜਿਹੜਾ ਅੰਦਰ ਰਸ ਏ ਬੰਦਾ ਉਹ ਵੀ ਖਰਾਬ ਕਰਦਾ, ਆਪਣੇ ਅੰਦਰ ਲਈ ਸ਼ਾਂਤੀ ਭੰਗ ਕਰਦਾ। ਹਰ ਵੇਲੇ ਬਸ ਆਹੀ ਪਾਠ ਪੜਿਆ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ, ਮਾਲਕਾ ਸਭ ਨੂੰ ਭਾਗਦਾ, ਸਭ ਨੂੰ ਇੰਨਾ ਵਧਾ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ, ਦੱਸੋ ਤੁਸੀਂ ਮੇਰੇ ਪਰਿਵਾਰਕ ਮੈਂਬਰ ਹੋ, ਮੈਂ ਵੀ ਤੁਹਾਡੇ ਪਰਿਵਾਰ ਦਾ ਜੀ ਹਾਂ। ਹੁਣੇ ਮੈਨੂੰ ਇੱਕ ਚੁਗਾਵੇਂ ਤੋਂ ਮਾਤਾ ਜੀ ਮਿਲੇ, ਕਹਿੰਦੇ ਅਸੀਂ ਪਰਿਵਾਰਕ ਮੈਂਬਰ ਹਾਂ, ਬੱਚੀ ਦਾ ਨਿਊਜ਼ੀਲੈਂਡ ਦਾ ਵੀਜ਼ਾ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਮਾਤਾ ਜੀ ਜਿੱਥੇ ਵੀ ਹੋਣ, ਜਿਹੜੇ ਮੈਨੂੰ ਹੁਣੇ ਮਿਲੇ ਸੀ, ਜੇ ਬੈਠੇ ਨੇ ਖਲੋ ਸਕਦੇ ਨੇ, ਸੰਗਤ ਵਿੱਚ ਹਾਜ਼ਰੀ ਲਾ ਲਓ। ਸੁਣਿਓ ਮੈਂ ਜਿਹੜੀ ਗੱਲ ਕਰ ਰਿਹਾ, ਤੁਸੀਂ ਮੇਰੇ ਪਰਿਵਾਰਕ ਉਹ ਖੜ ਗਏ ਨੇ ਮਾਤਾ ਜੀ ਪਿੱਛੇ, ਜਕਾਰਾ ਲਾ ਦੇ ਮਾਤਾ, ਜਕਾਰਾ ਲਾ ਦੇ, ਸ਼ਾਬਾਸ਼। ਦੇਖੋ ਤੁਸੀਂ ਮੇਰੇ ਪਰਿਵਾਰਕ ਮੈਂਬਰ, ਮੈਂ ਤੁਹਾਡਾ ਪਰਿਵਾਰਕ ਮੈਂਬਰ, ਤੇ ਇਸ ਪਰਿਵਾਰ ਦੇ ਵਿੱਚ ਮੈਂ ਇੱਕੋ ਚੀਜ਼ ਤੁਹਾਨੂੰ ਸਿਖਾਈ ਹੈ, ਤੁਹਾਡੇ ਕੋਲੋਂ ਸਿੱਖੀ ਹੈ, ਤੂੰ ਉਹਦੀ ਅਰਦਾਸ ਕਰ ਉਹ ਤੇਰੀ ਕਰੇ, ਨਾਲ ਦਾ ਤੇਰੀ ਕਰੇ ਤੂੰ ਉਹਦੀ ਕਰ, ਤੂੰ ਉਹਦੀ ਕਰ, ਤੂੰ ਉਹਦੀ ਕਰ। ਇਹਦੇ ਨਾਲ ਕੀ ਹੋਏਗਾ, ਇੱਕ ਦੂਜੇ ਦੀ ਅਰਦਾਸ ਕਰਾਂਗੇ ਸਾਰੇ ਵਧਾਂਗੇ ਨਾ। ਮੈਂ ਹੁਣ ਆਪਣਾ ਨਿੱਜੀ ਲਾਲਚ ਰੱਖਾਂ, ਮੈਂ ਵਧਾਂ, ਮੈਂ ਵਧਾਂ, ਮੈਂ ਵਧਾਂ, ਮੈਂ ਵਧਾਂ, ਮੈਂ ਵਧਾਂ। ਬਾਪੂ ਕਹਿੰਦਾ ਮੈਂ ਨਾ ਕਰ ਭਾਈ, ਕੱਲਾ ਆਪਣੇ ਵੱਲ ਧਿਆਨ ਫੋਕਸ ਨਾ ਕਰ, ਆਪਣੇ ਵੱਲ ਨਾ ਵੇਖ, ਜਿਹੜਾ ਤੇਰੇ ਲਿੰਕ ਵਿੱਚ ਆਇਆ, ਤੇਰੀ ਪੋਜ਼ਿਟਿਵ ਵਾਈਬ੍ਰੇਸ਼ਨ 'ਚ ਆਇਆ, ਉਹਦਾ ਵੀ ਭਲਾ ਹੋਵੇ, ਉਹਦੀਆਂ ਵੀ ਕੁੱਲਾਂ ਦਾ ਭਲਾ ਹੋਵੇ, ਆਇਆ ਕੁਝ ਨਾ ਕੁਝ ਚੰਗੇ ਗੁਣ ਸਿੱਖੇ। ਇਸ ਕਰਕੇ ਮੇਰੀ ਬੇਨਤੀ ਹੈ, ਲੜਾਈਆਂ ਝਗੜੇ ਨਹੀਂ, ਜੇ ਕੋਈ ਲੜਨ ਆਉਂਦਾ ਨਾ, ਹੱਥ ਜੋੜ ਦਿਆ ਕਰੋ, ਭਰਾਵਾ ਤੂੰ ਬਿਲਕੁਲ ਠੀਕ ਹੈ, ਮੈਂ ਗਲਤ, ਬਸ ਤੂੰ ਠੀਕ ਹੈ, ਮੈਂ ਗਲਤ ਹਾਂ, ਲੜਨਾ ਝਗੜਨਾ ਨਹੀਂ। ਆ ਜ਼ਮੀਨ ਲੈਣੀ ਹੋ, ਆ ਹਿੱਸਾ ਤੇਰਾ, ਸਾਂਭ ਲੈ ਤੂੰ, ਕੋਈ ਨਹੀਂ, ਆ ਕੰਮ ਹੈ, ਇੰਨੀ ਮਾਇਆ ਚਾਹੀਦੀ, ਹਿੱਸਾ ਵੱਧ ਜਾਂਦਾ ਤੇਰੇ ਵੱਲ, ਜਾ ਲਿਖਦਾ ਹੀ ਤੇਰੇ ਨਾਲ, ਕੋਈ ਨਹੀਂ। ਆ ਖਿੱਕ ਤੇ ਹੱਥ ਮਾਰ ਕੇ ਕਹਿ ਰਹੇ,
ਗਰੰਟੀ ਦੇ ਰਹੇ ਹਾਂ, ਗਰੰਟੀ ਉਹਦੀ ਕਿਰਪਾ ਨਾਲ। ਜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਈ ਗੁਣਾ ਵਧਾ ਕੇ ਤੁਹਾਨੂੰ ਬਰਕਤਾਂ ਨਾ ਪਾਉਣਗੇ ਤੇ ਮੈਨੂੰ ਜੋ ਮਰਜ਼ੀ ਕਹਿ ਦੇਣਾ। ਸਤ ਸ੍ਰੀ ਅਕਾਲ ਆਖੋ, ਧੰਨ ਗੁਰੂ ਰਾਮ, ਸ਼ੁਕਰਾਨੇ। ਸਤ ਸ੍ਰੀ ਅਕਾਲ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਦਾ ਇਹ ਲੈਸਨ ਸਿੱਖ ਕੇ ਜਾਇਓ, ਅਸੀਂ ਕਿਸੇ ਨਾਲ ਲੜਾਈ ਝਗੜੇ ਨਹੀਂ ਕਰਨੇ, ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਨਹੀਂ ਰੱਖਣੀ। ਜੇ ਕੋਈ ਚੜ੍ਹ ਕੇ ਵੀ ਆਉਂਦਾ ਨਾ, ਉਹਦੇ ਅੱਗੇ ਹੱਥ ਜੋੜ ਦੇਣੇ, ਭਰਾ ਤੂੰ ਸਹੀ ਹੈ, ਅਸੀਂ ਹਰ ਪੱਖ ਤੋਂ ਗਲਤ ਸੀ, ਗਲਤ ਹਾਂ, ਅਸੀਂ ਗਲਤ ਰਹਿਣਾ, ਭਾਵੇਂ ਨਹੀਂ ਵੀ ਗਲਤ, ਪਰ ਕਹਿ ਦਿਓ ਕੋਈ ਨਹੀਂ, ਝਗੜ ਕੇ ਕੁਝ ਨਹੀਂ ਜੇ ਮਿਲਣਾ। ਲੜਾਈ ਦੂਜੇ ਤਮਾਸ਼ਾ ਵੇਖਦੇ ਨੇ, ਤਮਾਸ਼ਾ ਅਸੀਂ ਤਮਾਸ਼ੇ ਨਹੀਂ ਵਿਖਾਉਣੇ। ਬਸ ਆ ਚੀਜ਼ ਧਿਆਨ ਵਿੱਚ ਰੱਖੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏ। ਇੱਕ ਵਾਰੀ ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 609-610 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਸਾਰੀ ਸੰਗਤ ਪਿਆਰ ਨਾਲ ਹਾਜ਼ਰੀ ਲਾਇਓ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਕਰਿਓ ਕਿਰਪਾ ਜੀ, ਪੜਿਓ ਇਹ ਸ਼ਬਦ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਜਿਨ੍ਹਾਂ ਦੇ ਇਕੱਲੇ ਕੰਮ ਕੋਈ ਨਹੀਂ ਵੀ ਰਾਸ ਆਏ ਨਾ, ਉਹ ਵੀ ਸ਼ੁਕਰਾਨੇ ਦੀ ਅਰਦਾਸ ਕਰੋ, ਬਾਪੂ ਸਾਰੇ ਕਾਰਜ ਰਾਸ ਆ ਗਏ ਨੇ, ਫਿਰ ਵੇਖਿਓ ਕਿਵੇਂ ਨਹੀਂ ਆਉਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਿਸ਼ਵਾਸ ਦੀ ਗੱਲ ਹੈ, ਭਰੋਸੇ ਦੀ ਗੱਲ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। 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 ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਸਗਲੇ ਦੁੱਖ ਬਿਨਾ ਸੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਪਿਆਰ ਨਾਲ ਰੱਖੋ ਨਾ ਜੀ, ਧੰਨ ਬਾਬਾ ਸਿੰਘ। ਗੁਰਪੁਰਾ ਪੇਟੇ
ਵੱਡੀ ਵੱਡੇ ਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੱਡੇ ਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਬਾਬਾ ਸਿੰਘ ਜੀ
ਆਪਣੀ ਪ੍ਰੀਤ ਪਿਆਰਾ ਆਪਣੀ ਪ੍ਰੀਤ ਵੱਡੀ ਵੱਡਿਆਈ ਵੱਡੀ ਵੱਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੱਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਪਿਟਿਓ ਸਸਲੇ ਦੁੱਖ ਬਿਨਾ ਸੇ ਨਾਨਕ ਕੋ ਗੁਰ ਪੂਰਾ ਪਿਟਿਓ ਸਗਲੇ ਦੁੱਖ ਬਿਨਾ ਸੇ ਵੱਡੀ ਵੱਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੱਡਿਆਈ ਅਚਰਜ ਸੋਭਾ ਕਾਰਜ ਆਇਆ ਸਟੇਜ ਵਾਲੇ ਗੁਰਮੁਖ ਪਿਆਰੇ ਮੇਰੇ ਤੋਂ ਬਾਅਦ ਤੀਜੇ ਹਿੱਸੇ 'ਚ ਸਾਰੀ ਸੰਗਤ ਬੋਲੇ ਗੱਜ ਕੇ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ ਵੱਡੀ ਵੱਡਿਆਈ ਅਚਰਜ ਸੋਭਾ ਵੱਡੀ ਵੱਡਿਆਈ ਅਚਰਜ ਸੋਭਾ ਵੱਡੀ ਵੱਡੀ ਵੱਡਿਆਈ ਅਚਰਜ ਸੋਭਾ ਵੱਡੀ ਵੱਡਿਆਈ ਅਚਰਜ ਸੋਭਾ ਵੱਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵੱਡਿਆਈ ਵੱਡੀ ਹੈ ਜਾਣਿਆਉ ਹੈ ਧਰਮ ਕਾ ਹਰ ਕੀ ਵੱਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵੱਡਿਆਈ ਵੱਡੀ ਹੈ ਜਾਣਾ ਸੁਣਈ ਕਹਿਆ ਚੁਗਲ ਕਾ ਹਰ ਕੀ ਵੱਡਿਆਈ ਵੱਡੀ ਹੈ ਅਬ ਪੁੱਛਿਆ ਦਾਨ ਦੇਵ ਕਾ ਹਰ ਕੀ ਵੱਡਿਆਈ ਵੱਡੀ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਦਨੋ ਸਭ ਤੇ ਆਈ ਦੀ ਸਭ ਲੱਗੇ ਤੇਰੀ ਪਾਈ ਤੇਰੀ ਸਿਫਤ ਸੁਆਲਿਓ
ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਏਗਾ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੰਡਿਆਈ ਵੱਡੀ ਵੰਡਿਆਈ ਅਜਰਜ ਸੋਭਾ ਵੱਡੀ ਵੰਡਿਆਈ ਅਜਰਜ ਸੋਭਾ ਵੱਡੀ ਵੰਡਿਆਈ ਅਜਰਜ ਸੋਭਾ ਵੱਡੀ ਵੰਡਿਆਈ ਅਜਰਜ ਸੋਭਾ ਤੇਰੀ ਵੰਡਿਆਈ ਤੂੰ ਹੈ ਜਾਣਦਾ ਦੁੱਧ ਜੇ ਵੱਡੇ ਅਮਰ ਨਾ ਕੋਈ ਦੁੱਧ ਜੇ ਵੱਡ ਹੋਰ ਸਰੀਕ ਹੋਵੇ ਤਾਂ ਆਖੀਏ ਦੁੱਧ ਜੇ ਵੱਡ ਤੂੰ ਹੈ ਹੋਈ ਵੱਡੀ ਵੰਡਿਆਈ ਅਜਰਜ ਸੋਭਾ 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 ਕਾਰਜ ਆਇਆ ਰਾਸੇ ਵੱਡੀ ਵੰਡਿਆਈ ਅਜਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੰਡਿਆਈ ਅਜਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੰਡਿਆਈ ਅਜਰਜ ਸੋਭਾ ਕਾਰਜ ਵੱਡੀ ਵੰਡਿਆਈ ਵੱਡੀ ਵੰਡਿਆਈ ਵੱਡੀ ਵੰਡਿਆਈ ਅਜਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੰਡਿਆਈ ਅਜਰਜ ਸੋਭਾ ਕਾਰਜ ਆਇਆ ਰਾਸੇ ਵਾਹਿਗੁਰੂ 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 ਸਾਰੀ
ਸੰਗਤ ਹਾਜ਼ਰੀ ਲਾਵਾ ਵਾਹਿਗੁਰੂ 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 ਤੁਹਾਡੀ ਵੱਡੀ ਵੱਡੀ ਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਵੱਡੀ ਵੱਡੀ ਆਈ ਅਚਰਜ ਸੋਭਾ ਕਾਰਜ ਆਇਆ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਓਰ ਨਲਖੋ ਨੇ ਜੀ ਧੰਨ ਬਾਬਾ ਪਰਮੇਸ਼ਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤਿੰਨਾਂ ਦੀਆਂ ਵੱਡੀਆਂ ਵਡਿਆਈਆਂ ਦੇ ਵਿੱਚੋਂ ਇੱਕ ਵਡਿਆਈ ਥੋੜ੍ਹੇ ਜਿਹੇ ਮਿੰਟਾਂ ਲਈ ਸੁਣਿਆ। ਦੁਨੀਆਂ ਦੀ ਕੋਈ ਤਾਕਤ ਇਹੋ ਜਿਹੀ ਨਹੀਂ ਜਿਹੜੀ ਛੇਵੇਂ ਪਾਤਸ਼ਾਹ ਜੀ ਕੋਲੋਂ ਨੌਕਰੀ ਕਰਾ ਲਏ। ਨੌਕਰੀ ਲਫ਼ਜ਼ ਧਿਆਨ ਨਾਲ ਸੁਣਿਓ ਮੇਰੇ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲੋਂ ਕੋਈ ਚੱਕਰੀ ਕਰਵਾ ਲਵੇ ਕੋਈ ਦੁਨੀਆਂ ਦੀ ਤਾਕਤ ਨਹੀਂ। ਪਰ ਮੈਂ ਹੈਰਾਨ ਹੁੰਦਾ, ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਜਿਹੜਾ ਸਤਿਗੁਰਾਂ ਦੇ ਨਾਲ ਪ੍ਰੇਮ ਕਰਦਾ ਨਾ ਪ੍ਰੇਮ। ਦੇਖੋ ਕਈਆਂ ਨੇ ਜਦੋਂ ਥੋੜ੍ਹਾ ਬੰਦੇ ਦਾ ਨਾਮ ਬਣ ਜੇ ਬੋਡੀ ਗਾਰਡ ਰੱਖਦਾ ਬੰਦਾ, ਇਹ ਮੇਰੇ ਅੰਗ ਰੱਖਿਅਕ ਨੇ, ਤੇ ਅੰਗ ਰੱਖਿਅਕ ਵੀ ਡਿਊਟੀ ਕਰਦੇ ਨੇ 8 ਘੰਟੇ ਹੱਦ 12 ਘੰਟੇ, ਉਸ ਤੋਂ ਬਾਅਦ ਡਿਊਟੀ ਚੇਂਜ ਕਰਨੀ ਪੈਂਦੀ ਹੈ। ਸੁਣਿਓ ਧਿਆਨ ਨਾਲ, ਅੰਗ ਰੱਖਿਅਕ ਜੇ ਕਿਸੇ ਨੇ ਰੱਖੇ, ਕਿਸੇ ਨੇ ਡਿਊਟੀ 8 ਘੰਟੇ ਕੀਤੀ, 12 ਘੰਟੇ ਕੀਤੀ, ਪਰ ਜਿਹੜਾ ਸਤਿਗੁਰੂ ਛੇਵਾਂ ਪਾਤਸ਼ਾਹ ਹੈ ਨਾ, ਛੇਵਾਂ ਪਾਤਸ਼ਾਹ ਜਦੋਂ ਉਹਨਾਂ ਨਾਲ ਕੋਈ ਪ੍ਰੇਮ ਕਰਦਾ ਨਾ ਪ੍ਰੇਮ, ਤੇ ਸਤਿਗੁਰੂ 24 ਘੰਟੇ ਉਹਦੀ ਰਾਖੀ ਕਰਨ ਦੇ ਲਈ ਉਹਦੀ ਚੱਕਰੀ ਕਰਨ ਲੱਗ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਇੱਥੋਂ ਤੱਕ ਵੀ
ਰਹਿਤ ਨਾਮਿਆਂ ਚ ਗੁਰੂ ਕੇ ਪਿਆਰਿਆਂ ਨੇ ਬਚਨ ਕਰਤੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਹ ਸਾਹਿਬ ਜਿਹੜਾ ਪ੍ਰੇਮ ਕਰਦਾ ਰਹਿਣੀ ਬਹਿਣੀ ਚ ਰਹਿੰਦਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਪ੍ਰੇਮ ਕਰਨ ਵਾਲਿਆਂ ਦੇ ਹਰ ਵੇਲੇ ਕਾਰਜ ਸਵਾਰਦਾ 24 ਘੰਟੇ ਦੀ ਨੌਕਰੀ ਕਰਦਾ ਪ੍ਰੇਮ ਵਾਲਿਆਂ ਦੀ ਦੁਨੀਆਂ ਦੀ ਕੋਈ ਤਾਕਤ 6ਵੇਂ ਪਾਤਸ਼ਾਹ ਕੋਲੋਂ ਗੁਰੂ ਰਾਮਦਾਸ ਕੋਲੋਂ ਨੌਕਰੀ ਨਹੀਂ ਕਰਾ ਸਕਦੀ ਪਰ ਪ੍ਰੇਮ ਵਾਲੇ ਦੀ ਚੱਕਰੀ ਉਹ ਕਰਨ ਵੇਲੇ ਕਰਨ ਵਾਸਤੇ ਹਰ ਵੇਲੇ ਤਿਆਰ ਪਰ ਤਿਆਰ ਰਹਿੰਦਾ ਸੁਣੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਖਵਾਜਾ ਰੋਸ਼ਨ ਹੋਇਆ ਮਹਾਰਾਜ ਦੇ ਘੋੜਿਆਂ ਦੀ ਸੇਵਾ ਕਰਨੀ ਸਾਰੀ ਦੇਖਭਾਲ ਕਰਨੀ ਸਮੇਂ ਸਿਰ ਉਹਨਾਂ ਨੂੰ ਪੱਠੇ ਪਾਉਣੇ ਸਮੇਂ ਸਿਰ ਦਾਣਾ ਪਾਉਣਾ ਸਮੇਂ ਸਿਰ ਉਹਨਾਂ ਦੀ ਸੇਵਾ ਸੰਭਾਲ ਖਵਾਜਾ ਰੋਸ਼ਨ ਉਹਨੇ ਕਰਨੀ ਤੇ ਬੜਾ ਪਿਆਰ 6ਵੇਂ ਪਾਤਸ਼ਾਹ ਦੇ ਚਰਨਾਂ ਦੇ ਨਾਲ ਬਹੁਤ ਪਿਆਰ ਭਾਵੇਂ ਸੇਵਾ ਕਰਦੇ ਨੇ ਘੋੜਿਆਂ ਦੀ ਪਰ ਸੁਰਤੀ ਵਿੱਚ ਹਰ ਵੇਲੇ 6ਵੇਂ ਪਾਤਸ਼ਾਹ ਵਸੇ ਰਹਿੰਦੇ ਨੇ ਸ਼ੁਕਰਾਨੇ ਕਰਦੇ ਨੇ ਸਤਿਗੁਰੂ ਉਹ ਘੋੜਿਆਂ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਸਮਾਂ ਮਿਲਿਆ ਜਿਹਦੇ ਉੱਤੇ ਰੋਜ਼ ਤੂੰ ਚਰਨ ਪਾਉਣਾ ਧੰਨ ਗੁਰੂ ਰਾਮਦਾਸ ਜੀ ਉਹਨਾਂ ਦੀ ਸੇਵਾ ਮੈਂ ਤੇ ਦਰਸ਼ਨ ਕਰਦਾ ਦੂਰੋਂ ਦੂਰੋਂ ਇਹਦੇ ਉੱਤੇ ਤੁਸੀਂ ਚਰਨ ਪਾਉਂਦੇ ਹੋ ਹੈਂਜੀ ਇਹਦੀ ਸਵਾਰੀ ਕਰਦੇ ਹੋ ਹੈਂਜੀ ਇਹ ਵੀ ਬੜੇ ਵੱਡੇ ਭਾਗਾਂ ਵਾਲਾ ਤੇ ਮੇਰੇ ਵੀ ਬੜੇ ਵੱਡੇ ਭਾਗ ਉਹ ਘੋੜਿਆਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਕੋਈ ਸੇਵਾ ਕਲਪਨਾ ਦੇ ਤੌਰ ਤੇ ਨਹੀਂ ਸ਼ਰਧਾ ਤੇ ਭਾਵਨਾ ਨਾਲ ਤੇ ਹਰ ਵੇਲੇ 6ਵੇਂ ਪਾਤਸ਼ਾਹ ਨੂੰ ਸੁਰਤੀ 'ਚ ਰੱਖ ਕੇ ਸੇਵਾ ਕਰਦੇ ਬੜਾ ਪਿਆਰ ਤੇ ਇੱਕ ਦਿਨ 6ਵੇਂ ਪਾਤਸ਼ਾਹ ਕਿਤੇ ਚੱਲੇ ਤੇ ਕਿਸੇ ਨੇ ਨਾ ਖਵਾਜਾ ਰੋਸ਼ਨ ਨੂੰ ਆ ਕੇ ਕਹਿ ਦਿੱਤਾ ਖਵਾਜਾ ਤੂੰ 6ਵੇਂ ਪਾਤਸ਼ਾਹ ਨਾਲ ਬਹੁਤ ਪਿਆਰ ਕਰਦਾ 6ਵੇਂ ਪਾਤਸ਼ਾਹ ਜੀ ਦੇ ਦਰਸ਼ਨ ਰੋਜ਼ ਕਰਦਾ ਅੱਜ ਸਤਿਗੁਰੂ ਚੱਲੇ ਨੇ ਤੇ 2-3 ਦਿਨ ਸਤਿਗੁਰਾਂ ਨੇ ਵਾਪਸ ਨਹੀਂ ਆਉਣਾ ਕਿਤੇ ਜ਼ਰੂਰੀ ਰੁਝੇਵੇਂ ਤੇ ਚੱਲੇ ਨੇ ਜਾ ਕੇ ਦਰਸ਼ਨ ਕਰ ਹੁਣ ਇੰਨਾ ਜਦੋਂ ਸੁਣਿਆ ਮਿਲਿਆ ਨਾ ਇਹਨੇ ਨੂੰ ਸਤਿਗੁਰੂ ਨੇ ਘੋੜਾ ਆਪਣਾ ਤੋਰ ਲਿਆ ਸੰਗਤਾਂ ਨਾਲ ਨੇ ਜਿਹੜੇ ਸੂਰਮੇ ਨਾਲ ਨੇ ਸਤਿਗੁਰੂ ਕਾਦਰ ਦੀ ਕੁਦਰਤ ਦਾ ਆਨੰਦ ਮਾਣਦੇ ਹੋਏ ਕੋਈ ਬਹੁਤੀ ਤੇਜ਼ੀ ਨਾਲ ਘੋੜਾ ਨਹੀਂ ਭਜਾ ਰਹੇ ਮਿੱਠੀ ਮਿੱਠੀ ਚਾਲ ਨਾਲ ਆਪਣਾ ਘੋੜਾ ਦੌੜਾ ਰਹੇ ਤੇ ਜਦੋਂ ਖਵਾਜਾ ਰੋਸ਼ਨ ਨੂੰ ਪਤਾ ਲੱਗਾ ਕਿ ਸਤਿਗੁਰੂ ਨੇ ਚਾਲੇ ਪਾ ਤੇ ਇਹਨੇ ਤੇਜ਼ੀ ਨਾਲ ਮਹਾਰਾਜ ਦੇ ਮਗਰ ਭੱਜਣਾ ਸ਼ੁਰੂ ਕਰਤਾ ਜੋੜਾ ਵੀ ਨਹੀਂ ਪਾਇਆ ਤੇਜ਼ੀ ਨਾਲ ਰਸਤੇ ਚ ਕੰਕਰ ਵੱਜਦੇ ਨੇ ਪੱਥਰ ਵੱਜਦੇ ਕੰਢੇ ਵੀ ਚੁੱਕ ਗਏ ਪਰ ਭੱਜੀ ਜਾਂਦਾ ਤੇ ਜਦੋਂ 1-1.5 ਕਿਲੋਮੀਟਰ ਦਾ ਮਹਾਰਾਜ ਨੇ ਪੈਂਡਾ ਤੈਅ ਕੀਤਾ ਇੱਕਦਮ ਝੋਲਾ ਜਿਹਾ ਪਿਆ ਲੱਗਦਾ ਸਾਡੇ ਮਗਰ ਕੋਈ ਭੱਜਿਆ ਆ ਰਿਹਾ ਜਦੋਂ ਪਛਾਂ ਘੁੰਮ ਕੇ ਦੇਖਿਆ ਖਵਾਜਾ ਰੋਸ਼ਨ ਪੈਰਾਂ ਦੇ ਵਿੱਚੋਂ ਖੂਨ ਸਿੰਮਦਾ ਮਹਾਰਾਜ ਕੀ ਕਹਿੰਦੇ ਕਹਿਣ ਲੱਗੇ ਖਵਾਜਾ ਕਾਲੀ ਨਾਲ ਸਾਡੇ ਮਗਰ ਕਿਉਂ ਭੱਜਦਾ ਆ ਰਿਹਾ ਤੇ ਉਸ ਵੇਲੇ ਪਤਾ ਕੀ ਆਖਿਆ ਮਹਾਰਾਜ ਮੈਨੂੰ ਕਿਸੇ ਦੱਸਿਆ ਕਿ ਤੁਸੀਂ 2-3 ਦਿਨ ਵਾਪਸ ਨਹੀਂ ਆਉਣਾ ਤੇ ਮੈਂ ਕਿਹਾ ਮੈਂ ਤੁਹਾਡੇ ਜਲਦੀ ਨਾਲ ਦਰਸ਼ਨ ਕਰਾਂ ਕੋਈ ਹੁਕਮ ਦੇਣਾ ਹੋਵੇ ਆਪ ਜੀ ਮੈਨੂੰ ਲਾ ਜਾਓ ਹੁਕਮ ਮੈਂ ਤਾਂ ਕਰਕੇ ਦੌੜੇ ਆ ਰਿਹਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤੁਹਾਡੇ ਪ੍ਰੇਮ ਦੇ ਕਰਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਖਵਾਜਾ ਜਾਂ ਤੇ ਤੈਨੂੰ ਸੁਣਨ 'ਚ ਭੁਲੇਖਾ ਲੱਗਾ ਜਾਂ ਕਿਸੇ ਨੇ ਤੇਰੇ ਨਾਲ ਹਾਸੀ ਕੀਤੀ ਹੈ ਮਜ਼ਾਕ ਕੀਤਾ
ਅਸੀਂ ਦੋ ਤਿੰਨ ਦਿਨ ਨਹੀਂ, ਅਸੀਂ ਤੇ ਦੋਵਾਂ ਤਿੰਨਾਂ ਘੰਟਿਆਂ ਬਾਅਦ ਮੁੜ ਕੇ ਆ ਜਾਣਾ। ਤੇਰੇ ਨਾਲ ਜਾਂ ਮਜ਼ਾਕ ਕੀਤਾ ਕਿਸੇ ਨੇ, ਜਾਂ ਤੈਨੂੰ ਸੁਣਨ ਚ ਗਲਤੀ ਲੱਗੀ ਹੈ, ਪਰ ਮਹਾਰਾਜ ਨੇ ਜਦੋਂ ਇਹਦੇ ਨੰਗੇ ਪੈਰ ਵੇਖੇ, ਪੈਰਾਂ ਵਿੱਚੋਂ ਖੂਨ ਸਿਮਦਾ ਵੇਖਿਆ, ਸਤਿਗੁਰੂ ਕੋਲੋਂ ਰਿਹਾ ਨਾ ਗਿਆ। ਕਹਿੰਦੇ ਖਵਾਜਾ ਕੋਲ ਆ। ਜਦੋਂ ਕੋਲ ਆਇਆ, ਸਤਿਗੁਰੂ ਘੋੜੇ ਤੋਂ ਉਤਰੇ, ਉਹ ਦੀਨ ਦੁਨੀਆਂ ਦਾ ਮਾਲਕ ਆਪ ਘੋੜੇ ਤੋਂ ਉਤਰਿਆ। ਤੇ ਖਵਾਜਾ ਰੋਸ਼ਨ ਨੂੰ ਮਹਾਰਾਜ ਪਤਾ ਕੀ ਕਹਿੰਦੇ, ਕਹਿਣ ਲੱਗੇ ਸਦਕੇ ਪ੍ਰੇਮ ਦੇ ਤੇਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਤੇਰੇ ਪ੍ਰੇਮ ਦੇ ਸਦਕੇ ਜਿਹੜਾ ਤੂੰ ਜੋੜਾ ਵੀ ਨਹੀਂ ਪਾਇਆ, ਪਰਵਾਹ ਨਹੀਂ ਕੀਤੀ ਕਿ ਮੇਰੇ ਪੈਰਾਂ 'ਚ ਕੋਈ ਪੱਥਰ ਚੁਬਣਗੇ, ਕੋਈ ਕੰਕਰ ਚੁਬਣਗੇ, ਕੋਈ ਕੰਢੇ ਚੁਬਣਗੇ, ਕੋਈ ਪਰਵਾਹ ਨਹੀਂ ਕੀਤੀ। ਪ੍ਰੇਮ ਦਾ ਬੱਜਿਆ ਭੱਜਾ ਹੀ ਆ ਰਿਹਾ ਸਾਡੇ ਮਗਰ, ਤੇਰੇ ਪ੍ਰੇਮ ਦੇ ਸਦਕੇ ਤੂੰ ਕੀ ਕਹਿੰਦਾ, ਕਿਉਂ ਭੱਜਿਆ ਸੀ ਸਾਡੇ ਮਗਰ? ਮਹਾਰਾਜ ਦੋ ਤਿੰਨ ਦਿਨ ਤੁਹਾਡਾ ਵਿਛੋੜਾ ਮੈਂ ਸਹਿ ਨਹੀਂ ਸੀ ਸਕਦਾ, ਮੈਂ ਕਿਹਾ ਦਰਸ਼ਨ ਕਰਨਾ, ਤੁਹਾਡਾ ਕੋਈ ਹੁਕਮ ਲੈਣਾ। ਮਹਾਰਾਜ ਨੇ ਇਹਦੇ ਪ੍ਰੇਮ ਦਾ ਸਦਕਾ ਇਹਨੂੰ ਗਲ ਨਾਲ ਲਾਇਆ, ਸਿਰ ਦੇ ਉੱਤੇ ਦੋਵੇਂ ਹੱਥ ਰੱਖੇ, ਤੇ ਉਹ ਸਤਿਗੁਰੂ ਨੇ ਬਚਨ ਪਤਾ ਕੀ ਕੀਤਾ, ਉਹ ਖਵਾਜਾ ਤੈਨੂੰ ਡਰ ਲੱਗਦਾ ਸੀ ਕਿ ਦੋ ਤਿੰਨ ਦਿਨ ਵਿਛੋੜਾ ਸਿਆ ਨਹੀਂ ਜਾਣਾ, ਇਹ ਸੋਚਦਾ ਸੀ? ਉਹ ਖਵਾਜਾ ਤੂੰ ਇਹ ਸੋਚਦਾ ਸੀ ਕਿ ਅਸੀਂ ਦੋਵਾਂ ਤਿੰਨਾਂ ਦਿਨਾਂ ਬਾਅਦ ਮੁੜਨਾ, ਤੈਨੂੰ ਦਰਸ਼ਨ ਕਿਵੇਂ ਹੋਣਗੇ? ਅੱਜ ਤੇਰੇ ਪ੍ਰੇਮ ਦਾ ਸਦਕਾ ਤੈਨੂੰ ਬਚਨ ਦੇਨੇ ਆ ਕਿ ਅੱਜ ਤੋਂ ਅਸੀਂ ਕਦੀ ਵੀ ਤੇਰੇ ਤੋਂ ਜੁਦਾ ਨਹੀਂ ਖੋਵਾਂਗੇ, ਹਰ ਵੇਲੇ ਤੇਰੇ ਅੰਗ ਸੰਗ ਹੋ ਕੇ ਵਰਤਿਆ ਕਰਾਂਗੇ। ਤੇਰੇ ਪ੍ਰੇਮ ਦਾ ਸਦਕਾ, ਕਿਉਂਕਿ ਸ਼ੁਕਰਾਨੇ ਤੇਰੇ ਪ੍ਰੇਮ ਦਾ ਸਦਕਾ ਸੀ, ਤੈਨੂੰ ਬਚਨ ਕਰਦੇ ਆ। ਜਿਹੜਾ ਤੂੰ ਆਪਣੀ ਮੈਂ ਨੂੰ ਪਰੇ ਕੀਤਾ ਨਾ, ਪਰੇ ਮੈਂ ਪ੍ਰੇਮ ਬਣਾਇਆ, ਜਿਹੜਾ ਆਪਣੇ ਅੰਦਰ ਆਪਣੇ ਅਹੰਕਾਰ ਨੂੰ ਤੂੰ ਮੁੱਖ ਨਹੀਂ ਰੱਖਿਆ, ਪ੍ਰੇਮ ਦਾ ਬੱਜਾ ਭੱਜਿਆ ਹੀ ਆ ਗਿਆ ਨਾ, ਤੇਰੇ ਪ੍ਰੇਮ ਦਾ ਸਦਕਾ ਤੈਨੂੰ ਬਚਨ ਕਰਦੇ ਆ, ਅੱਜ ਤੋਂ ਤੇਰੇ ਤੋਂ ਅਸੀਂ ਕਦੀ ਜੁਦਾ ਹੋਇਆ ਹੀ ਨਹੀਂ ਕਰਾਂਗੇ, ਅੱਠੇ ਪੈਰ ਤੇਰੇ ਅੰਗ ਸੰਗ ਹੀ ਰਿਹਾ ਕਰਾਂਗੇ। ਦੇਖੋ ਦੁਨੀਆਂ ਦੀ ਕੋਈ ਤਾਕਤ ਸਤਿਗੁਰੂ ਨੂੰ ਫੜ ਨਹੀਂ ਸਕਦੀ, ਪਰ ਪ੍ਰੇਮ ਵਾਲਾ ਫੜ ਲੈਂਦਾ ਜੀ। ਦੁਨੀਆਂ ਦੀ ਕੋਈ ਤਾਕਤ ਮਹਾਰਾਜ ਕੋਲੋਂ ਨੌਕਰੀ ਨਹੀਂ ਕਰਾ ਸਕਦੀ, ਪਰ ਪ੍ਰੇਮ ਵਾਲੇ ਦੀ ਉਹ ਚੱਕਰੀ 24 ਘੰਟਿਆਂ ਲਈ ਕਰਨ ਲਈ ਤਿਆਰ ਹੋ ਜਾਂਦਾ ਜੀ। ਵੱਡੀ ਵਡਿਆਈ ਹੈ ਮਾਲਕ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚੁਪਹਿਰਿਆਂ 'ਚ ਆਉਂਦੇ ਹਾਂ, ਰਹਿਣ ਸਮਾਈਆਂ 'ਚ ਆਉਂਦੇ ਹਾਂ, ਹਰ ਐਤਵਾਰ ਚੁਪਹਿਰਿਆਂ 'ਚ ਆਉਂਦੇ ਹਾਂ, ਜਿੱਥੇ ਸਮਾਗਮ ਹੋਵੇ ਭੱਜ ਭੱਜ ਕੇ ਪਹੁੰਚਦੇ ਹਾਂ, ਅੰਮ੍ਰਿਤ ਵੇਲਿਆਂ 'ਚ ਆਉਂਦੇ ਹਾਂ। ਤੇ ਮੇਰੀ ਬੇਨਤੀ ਗੁਰੂ ਕੋਲੋਂ ਵੱਡੀ ਦਾਤ ਪ੍ਰੇਮ ਦੀ ਦਾਤ ਮੰਗਿਆ ਕਰੋ। ਦਾਤਿਆ ਮੈਂ ਮੇਰੇ ਅੰਦਰੋਂ ਪਰੇ ਹੋ ਜੇ, ਪਰੇ ਹੋ ਜੇ ਮੇਰੇ ਅੰਦਰੋਂ, ਮੈਂ ਅੰਦਰੋਂ ਪ੍ਰੇਮ ਮੇਰਾ ਤੇਰੇ ਨਾਲ ਲੱਗ ਜੇ, ਇਹ ਕਿਰਪਾ ਵਰਤਾਓ। ਜਿਹੜੀਆਂ ਇੱਥੇ ਸੇਵਾਵਾਂ ਚੱਲ ਰਹੀਆਂ, ਸਾਰੀ ਸੰਗਤ ਨੂੰ ਪਤਾ ਹੈ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਸਕੂਲ ਹਸਪਤਾਲ, ਸਕੂਲ 'ਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਮੈਂ ਕਈ ਵਾਰੀ ਕਹਿੰਦਾ ਬਾਕੀ ਦੇ CBSE ਸਕੂਲਾਂ 'ਚੋਂ ਰੇਟ ਪਤਾ ਕਰਕੇ ਫਿਰ ਇੱਥੇ ਆਓ, CBSE ਚੰਗੇ ਸਕੂਲਾਂ 'ਚੋਂ ਰੇਟ ਪਤਾ ਕਰਕੇ ਆਓ, ਫਿਰ ਤੁਹਾਨੂੰ ਪਤਾ ਲੱਗ ਜਾਣਾ। ਇੱਧਰ ਹਸਪਤਾਲ ਹੈ ਦੋਵੇਂ, ਜਿੱਥੇ ਸਕੂਲ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਇੱਥੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੋ ਢੰਗਾਂ ਨਾਲ ਇਲਾਜ। ਆਖੋ ਧੰਨ ਗੁਰੂ ਰਾਮਦਾਸ ਜੀ, ਇੱਕ ਤੇ ਦਵਾਈ ਲੈ ਕੇ ਇਲਾਜ ਹੁੰਦਾ, ਇੱਕ ਜੋ ਨੇਮ ਦਾ ਪਹਿਰਾ ਗੁਰੂ ਘਰ ਵਿੱਚ ਚੱਲਦਾ ਰਹਿੰਦਾ ਕਿ ਮਹਾਰਾਜ ਇਸ ਹਸਪਤਾਲ 'ਚ ਜਿਹੜਾ ਵੀ ਜੀ ਆਵੇ ਉਹ ਰਾਜੀ ਹੋ ਕੇ ਜਾਵੇ। ਦੋਵੇਂ ਢੰਗਾਂ ਨਾਲ ਇਲਾਜ ਵੀ ਇੱਥੇ ਚੱਲਦਾ।
ਮਹਾਰਾਜ ਜੀ ਦੀ ਮਿਹਰ ਨਾਲ ਤੇ ਇੱਕੋ ਸ਼ਬਦ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਬਾਪੂ ਤੁਹਾਨੂੰ ਸਭ ਨੂੰ ਤੰਦਰੁਸਤ ਰੱਖੇ, ਪਰ ਜੇ ਕਿਤੇ ਸਰੀਰਕ ਪ੍ਰੋਬਲਮ ਆ ਜਾਏ ਤੇ ਇਹ ਹਸਪਤਾਲ ਡੇ ਕੇਅਰ ਆਪਾਂ ਸ਼ੁਰੂ ਕਰਤਾ, ਨਾਲ ਗਲੂਕੋਸ ਵਗੈਰਾ ਲੱਗਣਾ ਸ਼ੁਰੂ ਹੋ ਗਿਆ, ਸਵੇਰ ਤੋਂ ਸ਼ਾਮ ਤੱਕ ਮਰੀਜ਼ ਦਾਖਲ ਕਰਨੇ ਸ਼ੁਰੂ ਕਰਤੇ। ਹੌਲੀ ਹੌਲੀ ਆਹ ਜਿਹੜੀ ਜਗ੍ਹਾ ਨਾਲ ਵਾਲੀ, ਮੈਂ ਅਗਲੇ ਹਫ਼ਤੇ ਇੰਜੀਨੀਅਰ ਨੂੰ ਬੁਲਾਇਆ ਇੱਥੇ, ਫਿਰ ਇਨਡੋਰ ਅਸੀਂ ਹਸਪਤਾਲ ਸ਼ੁਰੂ ਕਰ ਦੇਣਾ, ਕਮਰੇ ਉਸਾਰੀ ਸ਼ੁਰੂ ਹੋ ਜਾਏਗੀ ਜਿਹ 'ਚ ਦਾਖਲ ਵੀ ਕਰ ਸਕਦੇ ਹਾਂ। ਅਤੇ ਇਹੋ ਜਿਹਾ ਹਸਪਤਾਲ ਮਨ ਦੀ ਭਾਵਨਾ ਕਿ ਵੱਡੇ ਵੱਡੇ ਹਸਪਤਾਲਾਂ 'ਚ ਲੱਖਾਂ ਲੱਖਾਂ ਦੇ ਜਿਹੜੇ ਇਲਾਜ ਹੁੰਦੇ ਨੇ ਇੱਥੇ ਹਜ਼ਾਰਾਂ 'ਚ ਹੋ ਜਾਇਆ ਕਰਨ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਬਾਪੂ ਸੁੱਖ ਰੱਖੇ। ਮੇਰੇ ਮਨ ਦੀਆਂ ਬੜੀਆਂ ਰੀਝਾਂ ਨੇ, ਪਰ ਜਿਉਂ ਜਿਉਂ ਤੁਸੀਂ ਸਪੋਰਟ ਕਰਦੇ ਹੋ ਤਿਉਂ ਤਿਉਂ ਕਿਤੇ ਅਸੀਂ ਕੰਮ ਤੇਜ਼ੀ ਕਰ ਦਿੰਦੇ ਹਾਂ, ਕਿਤੇ ਹੌਲੀ ਕਰ ਦਿੰਦੇ ਹਾਂ। ਤੁਹਾਡੀ ਸਪੋਰਟ ਵੱਧਦੀ ਹੈ ਕੰਮ, ਫਿਰ ਇੱਧਰ ਵੇਖੋ ਸਾਰੀ ਚੱਲਦੀ ਸਕੂਲ ਦੀ, ਜਾਓ ਕਿ ਨਿਗਾਹ ਮਾਰ ਕੇ ਜਾਇਓ, ਕਮਰੇ ਪੈ ਰਹੇ ਨੇ, 8-9 ਕਮਰੇ ਥੱਲੇ, ਉੱਤੇ ਵੱਡਾ ਹਾਲ, ਤਕਰੀਬਨ 18-19 ਕਮਰੇ ਬਣਦੇ ਨੇ ਸਕੂਲ ਦੇ ਵਿੱਚ, ਉਹ ਚੱਲਦਾ ਤਾਂ ਕਿਣਕੇ ਕਿਣਕੇ ਨਾਲ ਹੀ ਇਹ ਕਾਰਜ। ਅਤੇ ਇਹ ਐਂਬੂਲੈਂਸ ਦੀ ਸੇਵਾ ਉਹ ਮੈਂ ਅਨਾਊਂਸਮੈਂਟ ਕੀਤੀ ਹੋਈ ਹੈ ਸੰਗਤ ਨੂੰ, ਐਂਬੂਲੈਂਸ ਚਾਹੀਦੀ ਸਾਨੂੰ ਹਸਪਤਾਲ ਲਈ। ਤਕਰੀਬਨ 10-11 ਲੱਖ ਦੀ ਉਹ ਐਂਬੂਲੈਂਸ ਹੈ, ਜੋ ਮਰੀਜ਼ ਸਮੇਂ ਸਿਰ ਇਲਾਜ ਵਾਸਤੇ ਆਉਣ ਅਤੇ ਸਮੇਂ ਸਿਰ ਉਹਨਾਂ ਦਾ ਇਲਾਜ ਹੋਵੇ। ਜਦੋਂ ਤੁਸੀਂ ਉਸ ਗੱਡੀ ਦੀ ਸੇਵਾ ਵਿੱਚ ਹਿੱਸਾ ਪਾਓਗੇ, ਮੈਨੂੰ ਯਕੀਨ ਬਾਪੂ ਤੁਹਾਡੇ ਬੱਚਿਆਂ ਨੂੰ ਰੋਗਾਂ ਤੋਂ ਬਚਾਏਗਾ। ਅਤੇ ਦੂਜਾ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਕਾਫ਼ੀ ਬਜ਼ੁਰਗ ਬੁੱਢੀ ਹੋ ਚੁੱਕੀ, ਕਹਿ ਦਿਓ ਬਿਰਧ ਹੋ ਗਈ ਹੈ, ਮੈਂ ਇਹ ਨਹੀਂ ਕਹਿੰਦਾ ਪੁਰਾਣੀ ਹੋ ਗਈ। ਆਖੋ ਧੰਨ ਗੁਰੂ ਰਾਮਦਾਸ ਜੀ। ਅਤੇ ਉਹ ਹੁਣ ਜਦੋਂ ਹੁਣ ਸਰੀਰਕ ਜਾਮਾ ਢਿੱਲਾ ਪੈ ਜਾਏ, ਜਾਂ ਕਹਿ ਲਓ ਜਦੋਂ ਬੰਦਾ ਅੱਖਾਂ ਮੀਟ ਲਵੇ, ਫਿਰ ਤੇ ਅਗਨ ਭੇਟੀ ਕਰਨਾ ਪੈਂਦਾ। ਹਾਂਜੀ, ਜਦੋਂ ਬੰਦੇ ਨੇ ਅੱਖਾਂ ਹੀ ਮੀਟ ਲਈਆਂ, ਸਰੀਰਕ ਤੌਰ 'ਤੇ ਚਲਿਆ ਗਿਆ, ਅਤੇ ਫਿਰ ਅੱਖਾਂ ਮੀਟਣੀਆਂ ਪੈਂਦੀਆਂ। ਜਦੋਂ ਅੱਖਾਂ ਮੀਟ ਲੈਂਦਾ ਅਤੇ ਫਿਰ ਸੰਸਕਾਰ ਹੀ ਕਰਨਾ ਪੈਂਦਾ। ਉਹ ਗੱਡੀ ਸਾਡੀ ਇਹੋ ਜਿਹੀ ਹੋ ਗਈ, ਪੈਸਾ ਲੱਗੀ ਜਾਂਦਾ, ਲੱਗੀ ਜਾਂਦਾ, ਲੱਗੀ ਜਾਂਦਾ। ਮੈਂ ਕਿਹਾ ਹੁਣ ਇਹ ਕਬਾੜ ਦੇ ਵੀ ਕੰਮ ਨਹੀਂ ਆਉਣੀ, ਇੰਨਾ ਪੈਸਾ ਲੱਗ ਜਾਂਦਾ ਇਹਦੇ ਉੱਤੇ। ਅਤੇ ਗੱਡੀ ਉਹ ਵੀ ਸਾਨੂੰ ਚਾਹੀਦੀ ਹੈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਕਿ ਜਦੋਂ ਉਸ ਗੱਡੀ ਰਾਹੀਂ ਉਹ ਇਲਾਕਿਆਂ 'ਚ ਲੰਗਰ ਪ੍ਰਸ਼ਾਦ ਪਹੁੰਚਦਾ, ਜਿੱਥੇ ਇੱਕ ਵੇਲੇ ਖਾਂਦੇ ਦੂਜੇ ਵੇਲੇ ਦੀ ਚਿੰਤਾ, ਅਤੇ ਉਹ ਵੀ ਬਰਕਤਾਂ ਤੁਹਾਨੂੰ ਪੈਂਦੀਆਂ। ਇਹ ਦੋ ਗੱਡੀਆਂ ਦੀ ਸੇਵਾ, 21-22 ਲੱਖ ਦਾ ਖਰਚਾ ਟੋਟਲ। ਅਤੇ ਕੋਈ ਵੀ ਪ੍ਰੇਮੀ ਕਰਨਾ ਚਾਹੇ, ਬਾਹਰ ਸਟਾਲ ਲੱਗਿਆ ਹੁੰਦਾ, ਉੱਥੇ ਸੇਵਾ ਦੇ ਕੇ ਰਸੀਦ ਜ਼ਰੂਰ ਲੈ ਲਿਆ ਕਰੋ। ਭਾਵੇਂ ਤੁਸੀਂ ਔਨਲਾਈਨ ਵੀ ਸੇਵਾ ਦੇ ਸਕਦੇ ਹੋ, ਕਿਊ ਆਰ ਕੋਡ ਵੀ ਚੱਲਦੇ ਨੇ ਲਾਈਵ ਦੇ ਵਿੱਚ, ਨਾਲ ਅਕਾਊਂਟ ਡਿਟੇਲ ਵੀ ਚੱਲਦੀਆਂ ਨੇ, ਆਪ ਜੀ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਸਕਦੇ ਹੋ। ਬਾਕੀ ਇਹ ਡੋਨਰ ਫਾਰਮ ਬਾਹਰ ਮੌਜੂਦ ਨੇ, ਇੱਕ ਇੱਕ ਜ਼ਰੂਰ ਭਰਜੋ। 100 ਰੁਪਈਆ ਮਹੀਨਾ, 200 ਰੁਪਈਆ, 500 ਰੁਪਈਆ, 1000 ਰੁਪਈਆ ਮਹੀਨਾ, ਜਿੰਨੀ ਤੁਹਾਨੂੰ ਗੁਰੂ ਨੇ ਵਿੱਤ ਦਿੱਤੀ ਹੈ, ਆਏ ਮਹੀਨੇ ਆਇਆ ਵੀ ਕਰੋ, ਨਾਲ ਸੇਵਾ ਵੀ ਲਾਇਆ ਕਰੋ। ਇਹ ਜਿਹੜੇ ਬਾਹਰ ਬੱਚੇ ਬੈਠੇ ਨੇ ਉਹਨਾਂ ਨੂੰ ਬੇਨਤੀ, ਇਹ ਜਿਹੜੇ ਕਿਊ ਆਰ ਕੋਡ ਡੋਨਰ ਫਾਰਮ ਦੇ ਉੱਤੇ ਇਹਨਾਂ ਨੂੰ ਮਟੇ ਦੇਣਾ, ਇਹ ਕੰਮ ਨਹੀਂ ਕਰ ਰਹੇ। ਇਹ ਮੈਂ ਰਾਤੀਂ ਵੀ ਇਹਨਾਂ ਨੂੰ ਕਿਹਾ ਸੀ, ਇਹਨਾਂ ਦੇ ਉੱਤੇ ਕਾਂਟਾ ਮਾਰ ਦਿਓ। ਇਹ ਕਿਊ ਆਰ ਕੋਡ ਨਹੀਂ, ਜਿਹੜੇ ਟੀਵੀ 'ਤੇ ਚੱਲ ਰਹੇ ਨੇ ਉਹ ਠੀਕ ਚੱਲ ਰਹੇ ਨੇ, ਪਰ ਇਹ ਜਿਹੜੇ ਡੋਨਰ ਫਾਰਮ ਦੇ ਉੱਤੇ ਚੇਂਜ ਹੋ ਚੁੱਕੇ ਨੇ, ਇਹ ਚੀਜ਼ ਦਾ ਧਿਆਨ ਰੱਖਿਓ। ਬਾਕੀ ਜੋ ਕਿਣਕਾ ਤੁਸੀਂ ਦਿੰਦੇ ਹੋ, ਇੱਧਰ ਗੁਰੂ ਘਰ ਦੇ ਦਰਸ਼ਨ ਕਰਕੇ ਜਾਇਓ। ਤਕਰੀਬਨ 8-9 ਲੱਖ ਲੱਗੇ ਆ, ਨਵਾਂ ਕਮਰਾ ਸਾਰਾ ਤਿਆਰ ਹੋ ਗਿਆ। ਧੰਨ ਗੁਰੂ ਰਾਮਦਾਸ ਜੀ। ਇਹ ਨਵੇਂ ਕਮਰੇ ਦੇ ਵੀ ਗੁਰੂ ਸਾਹਿਬ ਦੇ ਜੋ ਦਰਸ਼ਨ ਕਰਕੇ ਜਾਇਓ, ਮਹਾਰਾਜ ਜੀ ਦੀ ਮਿਹਰ ਨਾਲ। ਪਹਿਲੇ ਇਸ ਜਗ੍ਹਾ ਦੇ ਉੱਤੇ ਜਿੱਥੇ ਪ੍ਰਕਾਸ਼ ਹੁੰਦਾ ਸੀ, ਉਹ ਸਾਰਾ ਕਮਰਾ ਅੰਦਰੋਂ ਰੈਨੋਵੇਟ ਹੋ ਗਿਆ, ਟੈਲਾਂ ਨਵੀਆਂ ਲੱਗ ਗਈਆਂ, ਸਾਰਾ ਜੋ ਕਾਰਜ ਤੁਸੀਂ ਦੇਖੋ ਆਪ ਆਪਣੀਆਂ ਅੱਖਾਂ ਨਾਲ, ਮਹਾਰਾਜ ਜੀ ਦੀ ਮਿਹਰ ਨਾਲ। ਮੈਨੂੰ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਔਰ ਮੁੰਬਈ ਦੇ ਨੇੜੇ ਤੇੜੇ ਦੀਆਂ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਨੇ, ਸਾਰੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਿਓ। 13 ਔਰ 14 ਜੁਲਾਈ ਨੂੰ ਦਾਸ
ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਗੁਰਦੁਆਰਾ ਧੰਨ ਪੋਠੋਹਾਰ ਨਗਰ 396/19 ਨੌਰਥ ਐਵਨਿਊ ਸਾਂਤਾ ਕਰੂਜ਼ ਵੈਸਟ ਮੁੰਬਈ ਵਿਖੇ 13 ਤਰੀਕ ਰਾਤ ਦੇ ਦੀਵਾਨ ਤਕਰੀਬਨ 8:30 ਤੋਂ 10 ਵਜੇ ਤੱਕ ਹੋਣਗੇ ਔਰ 14 ਤਰੀਕ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਇਸੇ ਸਥਾਨ ਵਿਖੇ ਰੱਖਿਆ ਗਿਆ। 3:30 ਦੇ ਕਰੀਬ ਕਰੀਬ ਸਾਰੇ ਪਹੁੰਚ ਜਿਓ ਔਰ 4 ਵਜੇ ਤੋਂ ਰਾਤੀਂ 10 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ, ਜਿਹਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਾਂਗੇ। 5 ਪਾਠ ਜਪਜੀ ਸਾਹਿਬ, 2 ਚੁਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ ਔਰ ਕਥਾ ਕੀਰਤਨ ਦਾ ਦੀਵਾਨ। ਮੇਰੀ ਬੇਨਤੀ, ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਇਸ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਔਰ ਸਭ ਨੂੰ ਪ੍ਰਤੱਖ ਪਤਾ ਹੈ ਬਾਬਾ ਦੀਪ ਸਿੰਘ ਸਾਹਿਬ ਕਿਵੇਂ ਚੁਪਹਿਰਿਆਂ ਵਿੱਚ ਆਪ ਵਰਤਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਆਓ ਭਾਗਾਂ ਵਾਲਿਓ, ਦੁੱਖਾਂ ਨੂੰ ਤਕਲੀਫਾਂ ਨੂੰ ਕਟਵਾਉਣ ਦਾ ਸਮਾਂ ਚੁਪਹਿਰਾ ਜਪ ਤਪ ਸਮਾਗਮ 14 ਤਰੀਕ ਸ਼ਾਮੀ 4 ਵਜੇ ਤੋਂ ਰਾਤੀ 10 ਵਜੇ ਤੱਕ। ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਮੈਨਸ਼ਨ ਹੋ ਰਿਹਾ, ਗੁਰਦੁਆਰਾ ਧੰਨ ਪੋਠੋਹਾਰ ਨਗਰ ਮੁੰਬਈ। ਇਸ ਅਸਥਾਨ ਦੇ ਉੱਤੇ 13 ਰਾਤ ਦਾ ਦੀਵਾਨ ਹੈ ਔਰ 14 ਦਾ ਜਪ ਤਪ ਸਮਾਗਮ। ਦੋਵੇਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਇਸ ਮੈਸੇਜ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਹ ਪ੍ਰਾਪਤ ਕਰ ਸਕਣ। ਚੁਪਹਿਰੇ ਵਿੱਚ ਹਾਜ਼ਰੀ ਭਰਨ ਤੋਂ ਕੋਈ ਪਿੱਛੇ ਨਾ ਹੋਇਓ ਜੀ, ਮੇਰੀ ਬੇਨਤੀ ਹੈ। ਵੀਆਂ ਵੀਆਂ ਨੂੰ ਲੈ ਕੇ ਆਇਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਿ ਸੰਗਤ ਜੀ, ਸੂਰਤ ਦੀਆਂ ਔਰ ਸੂਰਤ ਦੇ ਨੇੜੇ ਤੇੜੇ ਜਿੰਨੇ ਵੀ ਇਲਾਕੇ ਨੇ ਸਾਰੀਆਂ ਸੰਗਤਾਂ ਇਸ ਬੇਨਤੀ ਨੂੰ ਧਿਆਨ ਨਾਲ ਸੁਣਨ। 16 ਜੁਲਾਈ ਦਿਨ ਮੰਗਲਵਾਰ ਰਾਤ 9 ਤੋਂ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯੋਗੀ ਕਿਰਪਾ ਸੁਸਾਇਟੀ ਭਟਾਰ ਰੋਡ ਸੂਰਤ ਵਿਖੇ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਸਾਰੇ ਪਰਿਵਾਰਕ ਮੈਂਬਰ ਜੋ ਤੁਸੀਂ ਰੋਜ਼ਾਨਾ 3 ਤੋਂ 4 ਜਾਂ ਰਾਤੀਂ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, ਮੇਰੀ ਸਭ ਨੂੰ ਬੇਨਤੀ ਹੈ ਦਸਾਂ ਦਸਾਂ ਵੀਹਾਂ ਵੀਹਾਂ ਨੂੰ ਲੈ ਕੇ ਆਪ ਜੀਆਂ ਨੇ ਤਕਰੀਬਨ 8:30 ਵਜੇ ਤੱਕ ਪਹੁੰਚ ਜਾਣਾ। 9 ਤੋਂ 11 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਪਿਤਾ ਜੀ ਦੇ ਗੁਣ ਗਾਵਾਂਗੇ, ਕੀਰਤਨ ਕਰਾਂਗੇ, ਕੀਰਤਨ ਸੁਣਾਂਗੇ। ਸਮਾਪਤੀ ਤੋਂ ਬਾਅਦ ਇੱਕ ਦੂਜੇ ਨਾਲ ਬਹਿ ਕੇ ਦਿਲ ਦੀਆਂ ਗੱਲਾਂ ਕਰਾਂਗੇ। ਮੇਰੀ ਬੇਨਤੀ ਹੈ ਜੀ, ਭੁੱਲਿਓ ਨਾ, 16 ਜੁਲਾਈ ਦਿਨ ਮੰਗਲਵਾਰ ਰਾਤੀਂ 9 ਤੋਂ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯੋਗੀ ਕਿਰਪਾ ਸੁਸਾਇਟੀ ਭਟਾਰ ਰੋਡ ਸੂਰਤ ਵਿਖੇ ਦਾਸ ਪਹੁੰਚ ਰਿਹਾ। ਆਓ ਰਲ ਮਿਲ ਕੇ ਬਾਪੂ ਜੀ ਦੇ ਗੁਣ ਗਾਈਏ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਹੋਰ ਸੰਗਤਾਂ ਲਾਹਾ ਪ੍ਰਾਪਤ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।